हेलो हाँ जी राम जी, ओ मैं आ गया धरती से आ गया मां। ओ मैं बाबा वर्मा दे करे गया सी, ओ करे हैनी, मैनू ओदा सही पता दसो। हाँ जी मैनू ओदा सही पता दसो, मैं उन्होंने उत्थे जाके फड़दा। बस ठीक, अच्छा गिप्पी गरेवाल दे कर लुकिया, ठीक है। बस मैं जाना हुणे हुणे जाना जी, बस आ गया पंजा मिनट च आ गया थोड़े को। मैं भज लै मित्रा, किवें भजना मेरे तो, हुण नहीं बजदा तू। सत श्री अकाल जी, मैं जी गिप्पी गरेवाल दे घर जाना, लिफ्ट मिल सकती है? अच्छा जी, मैंने ना उड़न की शक्ति कमजोर हो गई है, हुण मैं उड़ नहीं पा रहा। चलो फिर मैनू लै चलो जी। ओ एक मिनट, ओ खड़ा बाबा, एक मिनट, हुण नहीं पाई जा। फड़ लिया बाबा। ਲੇਕਰ ਵੇ ਬਈ, ਪੱਕੀ ਗੱਲ ਆ, ਹੱਸਦੇ ਹੱਸਦੇ ਕਹਿਣਗੇ ਲੋਕੀ ਮਰ ਗਏ ਲੋਕੋ। ਬਿਲਕੁਲ ਬਿਲਕੁਲ ਬਾਈ, ਕੈਰੀ ਆਨ ਜੱਟਾ ਤੋਂ ਬਾਅਦ ਪੂਰੀ ਟੀਮ ਇਕੱਠੀ ਕੀਤੀ ਆ। ਬਿਲਕੁਲ ਬਿਲਕੁਲ, ਔਰ ਜਮਦੂਤ ਲੈਦਾ ਭਾਈ। ਭਾਜੀ ਮੈਨੂੰ ਬਚਾਈਓ, ਮੇਰੇ ਪਿੱਛੇ ਜਮਦੂਤ ਲੱਗੇ ਨੇ, ਮੈਂ ਤਾਂ ਇਹ ਬਹੁਤ ਕੁਝ ਕਰਨਾ ਜੀ ਜ਼ਿੰਦਗੀ 'ਚ, ਮੈਂ ਤੁਹਾਡੀ ਇੰਟਰਵਿਊ ਲੈਣਾ। ਉਹ ਕੀ ਤੋਂ ਮਦਦ ਮੰਗ ਰਿਹਾ ਜਿਹੜਾ ਆਪ ਨਹੀਂ ਬਚਾ ਜਮਦੂਤ ਤੋਂ? ਬਾਈ ਇੱਧਰ ਜਮਦੂਤ ਬਣ ਗਿਆ ਇੱਧਰ। ਹਮ ਹੈ ਹਮ, ਸਾਨੂੰ ਬੜੇ ਕੰਮ, ਚੱਲ ਵੀ ਬਾਬਾ ਤੇਰਾ ਟਾਈਮ ਹੋ ਗਿਆ। ਮੈਨੂੰ ਬਚਾ ਲਓ, ਮੈਂ ਨਹੀਂ ਜਾਣਾ ਜੀ। ਭੂਤ ਬਣ ਕੇ ਉੱਪਰ ਤਾਂ ਤੁਹਾਡਾ ਕਿਹੜਾ ਡਿਪਾਰਟਮੈਂਟ ਸੀ ਉੱਪਰ? ਯਾਰ ਐਕਚੁਲੀ ਮੈਂ ਤਾਂ ਉੱਥੇ ਭੂਤ ਬਣ ਕੇ ਗਿਆ ਹੀ ਨਹੀਂ, ਮੈਨੂੰ ਤਾਂ ਜ਼ਬਰਦਸਤੀ ਲੈ ਕੇ ਗਏ ਨੇ। ਧੱਕੇ ਨਾਲ ਲੈ ਗਏ? ਧੱਕੇ ਨਾਲ ਲੈ ਗਿਆ, ਬੰਦਾ ਲੈਣ ਆਇਆ ਸੀ ਕਿਸੇ ਹੋਰ ਨੂੰ, ਇਹ ਤਾਂ ਤੁਸੀਂ ਯਮਦੂਤ ਨੂੰ ਪੁੱਛੋ ਵੀ ਇਹ ਕੀ ਸੋਚ ਕੇ ਮੈਨੂੰ ਲੈ ਗਿਆ। ਮੇਰੇ 'ਚ ਇੱਦਾਂ ਦੇ ਕੀ, ਜਾਂ ਤਾਂ ਇਹਨੂੰ ਐਂ ਲੱਗਿਆ ਵੀ ਬੀਨੂ ਨੂੰ ਕਿੱਥੇ ਲੈ ਕੇ ਜਾਊਂਗਾ, ਬੀਨੂ 'ਚ ਵਧੀਆ ਕੁਆਲਿਟੀਆਂ ਨਹੀਂ ਹੈਗੀਆਂ ਕਿ ਕੋਈ ਵਧੀਆ ਕੰਮ ਦਾ ਬੰਦਾ ਲੈ ਜਾਵਾਂ ਮੈਂ। ਚੰਗੇ ਬੰਦਿਆਂ ਦੀ ਵੀ ਉੱਪਰ ਲੋੜ ਹੈ। ਹਾਂਜੀ, ਐਕਚੁਲੀ ਤਾਂ ਲੋੜ ਉੱਥੇ ਚੰਗੇ ਬੰਦਿਆਂ ਦੀ ਹੋਈ ਆ। ਸੋ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜੇ ਕੋਈ ਇਸ ਵਕਤ ਸਾਨੂੰ ਚੰਗਾ ਬੰਦਾ ਦੇਖ ਰਿਹਾ ਹੈ, ਉਹ ਫਟਾਫਟ ਆਪਣਾ ਚੰਗਾ ਕੰਮ ਛੱਡ ਕੇ ਬੁਰਾ ਕਰਨ ਆ ਜੇ, ਕਿਉਂਕਿ ਚੰਗੇ ਬੰਦਿਆਂ ਦੀ ਉੱਤੇ ਬਹੁਤ ਲੋੜ ਹੈ। ਗਿੱਪੀ ਜੀ, ਮਾੜੇ ਬੰਦੇ ਕਿੱਥੇ ਜਾਂਦੇ ਆ ਫਿਰ? ਮਾੜੇ ਬੰਦੇ ਤਾਂ ਧਰਤੀ ਤੇ ਹੀ ਰਹਿੰਦੇ, ਇੱਥੇ ਦੇਖੋ ਤੈਨੂੰ ਥੋੜਾ ਲੈ ਕੇ ਗਿਆ ਕੋਈ, ਪਰ ਲੈਣ ਆ ਗਏ ਜੀ। ਆ ਦੇਖੋ ਦੂਸ ਸਾਹਿਬ ਖੜੇ ਨੇ, ਉਹ ਕਹਿੰਦੇ ਬਹੁਤ ਮਾੜਾ ਬੰਦਾ, ਕਿਉਂ ਲੈ ਕੇ ਜਾਣਾ ਇਹਨੂੰ? ਇਹ ਤਾਂ ਮਾੜੇ ਬੰਦੇ ਦੀ ਲੋੜ ਆ। ਜਿਵੇਂ ਗਿੱਪੀ ਭਾਜੀ, ਤੁਹਾਡੀ ਫਿਲਮ ਦੇ ਵਿੱਚ ਜਿਹੜੇ ਯਮਦੂਤ ਨੇ ਬੜੇ ਸੋਹਣੇ ਨੇ, ਅਨਮੋਲ ਸਾਹਿਬ ਬਣੇ ਨੇ, ਕੋਟ ਪੈਂਟ ਪਾ ਕੇ ਲੈਣ ਆਉਂਦੇ ਨੇ ਤੁਹਾਨੂੰ, ਇਹ ਕਿ ਸਾਡਾ ਦੇਖ ਲਓ ਜੀ ਦੂਤ, ਆ ਵੱਡੇ ਵੱਡੇ ਸਿੰਘ, ਵੱਡੇ ਵੱਡੇ ਮੁੱਛਾਂ, ਭੈੜਾ ਜਿਹਾ, ਮੋਟਾ ਜਿਹਾ, ਕੱਦੂ ਜਿਹਾ, ਮੈਂ ਸਿੰਘ ਆਪਣੇ ਮੋਟਰਸਾਈਕਲ ਤੇ ਲਾ ਰਹੇ ਸੀ। ਇਹਦੇ ਐਕਚੁਲੀ ਨਾ ਹੁਣ ਕੰਮ ਐਡਵਾਂਸਡ ਹੋ ਚੁੱਕਿਆ ਵਾ, ਉੱਤੇ ਜਿਹੜਾ ਇਹ ਮੋਟਰਸਾਈਕਲ ਜਿਹਾ ਲੈ ਕੇ ਫਿਰਦਾ ਜੀ, ਤੇ ਮੈਨੂੰ ਲੈ ਕੇ ਆਇਆ ਚਾਰ ਟਾਇਰਾਂ ਵਾਲਾ, ਉਹਦੇ ਤੇ ਸਿੰਘ ਲੱਗੇ ਹੋਏ ਸੀਗੇ। ਸੋ ਮੈਂ ਉੱਥੇ ਪੁੱਛਿਆ ਵੀ, ਮੈਂ ਕਿਹਾ ਯਾਰ ਮੈਂ ਤਾਂ ਸੁਣਿਆ ਯਮਦੂਤ ਝੋਟੇ ਤੇ ਆਉਂਦਾ। ਕਹਿੰਦੇ ਨਾ ਨਾ, ਝੋਟੇ ਝਾਟੇ ਦੇ ਕਿੱਥੇ, ਕਹਿੰਦੇ ਹੁਣ ਤਾਂ ਬਹੁਤ ਕੰਮ ਐਡਵਾਂਸ ਹੋ ਗਿਆ, ਕਹਿੰਦੇ ਤਾਂ ਪੰਜਾਬ ਵਾਲਾ ਯਮਦੂਤ ਹੈ ਜਿਹੜਾ ਮੋਟਰਸਾਈਕਲ ਲਈ ਫਿਰਦਾ। ਜਪਾਨ ਵਾਲੇ ਤਾਂ ਉਡਣ ਦਸਤਰੀਆਂ ਲਈ ਫਿਰਦੇ, ਜਪਾਨ ਵਾਲੇ ਤਾਂ ਕਹਿੰਦੇ ਉਡਣ ਦਸਤਰੀਆਂ ਲਈ ਫਿਰਦੇ। ਸਾਡਾ ਪੁਰਾਣਾ ਹੀ ਆ ਜੀ, ਇਹ ਝੋਟੇ ਦੀ ਬਹਿ ਕੇ ਆਏ ਆ। ਮੈਂ ਝੋਟੇ ਦੀ ਆਇਆ ਜੀ, ਬਾਹਰ ਪਾਰਕ ਚ ਲਾ, ਮੈਨੂੰ ਝੋਟਾ ਹੀ ਚੱਲ ਸਕਦਾ ਸੀ। ਮੈਨੂੰ ਤਾਂ ਲੱਗਾ ਵੀ ਝੋਟੇ ਨੇ ਵੀ ਕਿਵੇਂ ਚੱਲ ਗਿਆ, ਕਿਤੇ ਬਾਹਰ ਜਾ ਕੇ ਦੇਖੀਏ ਤੁਹਾਨੂੰ ਝੋਟੇ ਨੂੰ ਮੋਢਿਆਂ ਤੇ ਚੱਕੀ ਜਾਂਦਾ ਹੋਵੇ। ਗਿੱਪੀ ਜੀ, ਜਿਵੇਂ ਭੂਤ ਦਿਖਾਇਆ ਤੁਸੀਂ ਫਿਲਮ ਦੇ ਵਿੱਚ, ਕੀ ਰੀਅਲ ਜ਼ਿੰਦਗੀ ਦੇ ਵਿੱਚ ਵੀ ਭੂਤ ਹੁੰਦੇ ਆ ਜਾਂ ਨਹੀਂ? ਯਾਰ ਇਸ ਚੀਜ਼ ਦਾ ਸਾਨੂੰ ਤਾਂ ਪਤਾ ਨਹੀਂ, ਕਿਉਂਕਿ ਛੋਟੇ ਹੁੰਦੇ ਨੇ ਜਿਹੜੀਆਂ ਗੱਲਾਂ ਸੁਣੀਆਂ ਨੇ, ਕਈ ਵਾਰੀ ਡਰਾਉਣ ਲਈ ਜਵਾਕ ਨੂੰ ਕਹਿੰਦੇ ਹੁੰਦੇ ਕਿ ਇੱਧਰ ਨਾ ਜਾਈਂ, ਇੱਧਰ ਭੂਤ ਹੈ। ਸੋ ਉਹ ਜਿਹੜੀਆਂ ਚੀਜ਼ਾਂ ਨਾ ਤੁਹਾਡੇ ਦਿਮਾਗ 'ਚ ਬਹਿੰਦੀਆਂ, ਬੰਦਾ ਕਹਿੰਦਾ ਭੂਤ ਹੈ, ਬੰਦਾ ਕਹਿੰਦਾ ਭੂਤ ਕਿੱਦਾਂ ਦਾ ਹੁੰਦਾ, ਭੂਤ ਡਰਾਉਣਾ ਹੁੰਦਾ, ਭੂਤ ਇੱਦਾਂ ਦਾ ਹੁੰਦਾ, ਕੀ ਪਤਾ ਭੂਤ ਸੋਹਣਾ ਸੁਨੱਖਾ ਹੁੰਦਾ ਹੋਵੇ, ਸਮਾਰਟ ਹੁੰਦਾ ਹੋਵੇ। ਇਹ ਚੀਜ਼ਾਂ ਜਿਹੜੀਆਂ ਆਪਾਂ ਸੁਣੀਆਂ ਉਹ ਆਪਣੇ ਜ਼ਹਿਨ 'ਚ ਬਿਠਾ ਲਈਆਂ, ਉਹੀ ਚੀਜ਼ਾਂ ਨੂੰ ਮੈਂ ਕਿਤਾਬੀ ਰੂਪ ਦੇ ਕੇ, ਇੱਕ ਸਕ੍ਰਿਪਟ ਦਾ ਰੂਪ ਦੇ ਕੇ ਫਿਲਮ ਬਣਾਤੀ। ਇਹ ਇਮੈਜੀਨੇਸ਼ਨ ਹੈ ਕਿ ਕੀ ਹੈ ਕੀ ਨਹੀਂ ਹੈ। ਵੈਸੇ ਸਾਡੇ ਹਿਸਾਬ ਕਿਤਾਬ ਦੇ ਨਾਲ ਤਾਂ ਭੂਤ ਹੁੰਦੇ ਨਹੀਂ, ਪਰ ਜੇ ਤੁਸੀਂ ਮਰ ਗਏ ਹੋਏ ਲੋਕੋ ਜਾ ਕੇ ਦੇਖੋਗੇ ਤਾਂ ਮੈਨੂੰ ਐਂ ਲੱਗਦਾ ਕਿ ਤੁਹਾਨੂੰ ਭੂਤਾਂ ਨਾਲ ਵੀ ਪਿਆਰ ਹੋ ਜੂ, ਕਿਉਂਕਿ ਸਾਡੀ ਫਿਲਮ 'ਚ ਇਹ ਡਰਾਉਂਦੇ ਨਹੀਂ, ਇਹ ਹਸਾਉਂਦੇ ਆ। ਨਾਲੇ ਸੋਹਣੇ ਸੋਹਣੇ ਭੂਤ ਆ ਜੀ, ਗਿੱਪੀ ਤੋਂ ਵੱਧ ਸੋਹਣਾ ਹੋਰ ਕਿਹੜਾ ਭੂਤ ਹੋ ਸਕਦਾ? ਗਿੱਪੀ ਭਾਅ ਜੀ, ਇਹ ਕਨਸੈਪਟ ਭੂਤਾਂ ਦਾ ਜਿਵੇਂ ਤੁਸੀਂ ਪਹਿਲਾਂ ਕੀਤੀ ਹੈ, ਕੈਰੀ ਓਨ ਜੱਟਾ 1, ਕੈਰੀ ਓਨ ਜੱਟਾ 2 ਅਤੇ 3 ਵੀ ਤੁਸੀਂ ਅਨਾਊਂਸ ਕਰ ਦਿੱਤੀ ਹੈ, ਅਤੇ 2 ਦੇ ਵਿੱਚ ਜਿਵੇਂ ਪੰਜ ਮਾਰਦੇ ਹੋ, ਇੱਕ ਇੱਦਾਂ ਦੀ ਸਟੋਰੀ ਕਿੱਦਾਂ ਆ ਗਈ ਵੀ ਹਾਂ ਯਾਰ ਇੱਦਾਂ ਦਾ ਯਮਦੂਤ ਵਾਲਾ, ਧਰਮਰਾਜ ਵਾਲਾ ਸੀਨ? ਦੇਖੋ ਐਕਚੁਅਲੀ ਕੀ ਆ ਕਿ ਹਰ ਫਿਲਮ ਦਾ ਇੱਕ ਰੰਗ ਹੁੰਦਾ, ਜਿਹੜੀ ਕੈਰੀ ਓਨ ਜੱਟਾ ਹੈ ਉਹ 'ਚ ਅਸੀਂ 5-5 ਹਸਾਉਂਦੇ ਸੀ, ਡਾਇਲੋਗ ਮਾਰ ਮਾਰ ਹਸਾਉਂਦੇ ਸੀ, ਇਸ ਫਿਲਮ ਦੇ ਵਿੱਚ ਸਿਚੁਏਸ਼ਨ ਹਸਾਉਂਦੀ ਆ। ਸੋ ਮੈਨੂੰ ਅਕਸਰ ਤੌਰ 'ਤੇ ਕੀ ਹੈ, ਜਦੋਂ ਅਸੀਂ ਫਿਲਮਾਂ ਬਣਾਉਂਦੇ ਹਾਂ, ਸਾਨੂੰ ਸਾਰੇ ਬੰਦੇ ਇਹ ਕਹਿੰਦੇ ਆ
ਕਿ ਯਾਰ ਤੁਸੀਂ ਸਾਰੇ ਜਾਣੇ ਇਕੱਠੇ ਹੋ ਕੇ ਫਿਲਮ ਬਣਾ ਦਿੰਦੇ ਹੋ, ਇੱਕ ਮਜੀਕੀ ਫਿਲਮ ਲੱਗਦੀ ਆ ਵੀ ਕੈਰੀ ਓਨ ਜੱਟਾ ਫਲਾਣਾ ਫਲਾਣਾ, ਵੀ ਤੁਸੀਂ ਕੋਈ ਡਿਫਰੈਂਟ ਕਿਉਂ ਨਹੀਂ ਕਰਦੇ? ਜੇ ਅਸੀਂ ਡਿਫਰੈਂਟ ਕਰਦੇ ਹਾਂ ਤਾਂ ਉਹ ਕਹਿੰਦੇ ਆ ਹਾਸਾ ਨਹੀਂ ਆਇਆ ਹੈਗਾ। ਸੋ ਕਹਿਣ ਦਾ ਮਤਲਬ ਇਹ ਸੀ ਵੀ ਡਿਫਰੈਂਟ ਵੀ ਕਰਨਾ ਸੀ ਔਰ ਹਸਾਉਣਾ ਵੀ ਸੀ, ਫਿਲਮ ਕਾਮੇਡੀ ਹੋਵੇ ਪਰ ਲੱਗੇ ਵੀ ਨਵੀਂ ਹੈ। ਸੋ ਫਿਰ ਇਹ ਕੋਨਸੈਪਟ ਨੂੰ ਬਣਾਇਆ ਗਿਆ ਕਿ ਇਹਦੇ ਨਾਲ ਸਿਚੁਏਸ਼ਨ ਤੇ ਹਾਸਾ ਆਊਗਾ, ਕਹਾਣੀ ਕਿੱਦਾਂ ਚੱਲਦੀ ਆ, ਇਹਦੇ 'ਚ ਧਰਤੀ ਦੀ ਕਹਾਣੀ ਹੈ, ਪਰਲੋਕ ਦੀ ਕਹਾਣੀ ਹੈ, ਵਿੱਚ ਵਿਚਾਲੇ ਦੀ ਕਹਾਣੀ ਹੈ, ਧਰੂ ਤਾਰੇ ਦੀ ਕਹਾਣੀ ਹੈ, ਚੰਦਰਮਾ ਦੀ ਕਹਾਣੀ ਹੈ, ਸੂਰਜ ਦੀ ਕਹਾਣੀ ਹੈ। ਸੋ ਬਹੁਤ ਚੀਜ਼ਾਂ ਇਹਦੇ ਆਲੇ ਦੁਆਲੇ ਫਿਰਦੀਆਂ, ਭੂਤਾਂ ਦੀ, ਪ੍ਰੇਤਾਂ ਦੀ, ਜਮਦੂਤਾਂ ਦੀ, ਇਨਸਾਨਾਂ ਦੀ, ਡਾਇਨਾਸੌਰਾਂ ਦੀ, ਤੇ ਕਰਤੂਤਾਂ ਦੀ, ਬੰਦੇ ਦੀਆਂ ਕਰਤੂਤਾਂ ਦੀ, ਸਭ ਇਹਦੇ ਵਿੱਚ ਸਾਰਾ ਕੁਝ ਹੈ। ਜਿਵੇਂ ਮੈਂ ਜਮਦੂਤ ਜੀ ਤੁਹਾਡੇ ਨਾਲ ਗੱਲ ਕਰਦਾ, ਤੇ ਜਦੋਂ ਉੱਪਰ ਪ੍ਰਲੋਕ 'ਚ ਤੁਸੀਂ ਗਏ ਹੋਵੋਗੇ, ਕਿਵੇਂ ਇੱਕ ਸਾਡੀ ਨਾ ਇਮੈਜੀਨੇਸ਼ਨ ਹੁੰਦੀ ਹੈ ਕਿ ਉੱਥੇ ਚਿੱਤਰਗੁਪਤ, ਵਿਓ ਮਾਤਾ ਹੁੰਦੀ ਹੈ, ਇੱਕ ਵਿਓ ਮਾਤਾ ਹੁੰਦੀ ਹੈ ਕਿਰਦਾਰ ਜਿਹੜੀ ਜਨਮ ਲਿਖਦੀ ਹੈ ਬੱਚਾ, ਜਦੋਂ ਬੱਚਾ ਛੋਟਾ ਬੱਚਾ ਹੁੰਦਾ ਨਾ, ਉਹ ਜਦੋਂ ਹਾਸਾ ਕਰਦਾ ਹੈ, ਰੋਂਦਾ, ਉਹ ਕਹਿੰਦੇ ਸਾਡੇ ਬਜ਼ੁਰਗ ਕਹਿ ਦਿੰਦੇ ਨੇ ਵੀ ਯਾਰ ਵਿਓ ਮਾਤਾ ਸਾਂਦੀ ਆ, ਜੇ ਉਹ ਵਿਓ ਮਾਤਾ ਦਾ ਕਿਰਦਾਰ ਨੀਰੂ ਬਾਜਵਾ ਦਾ ਹੁੰਦਾ ਇਹਦੇ ਵਿੱਚ, ਤਾਂ ਉਹ ਕਿਹੋ ਜਿਹੀ ਸਿਚੁਏਸ਼ਨ ਹੋਣੀ ਸੀ? ਲੈ ਫਿਰ ਤਾਂ ਸਾਰੇ ਕਹਿੰਦੇ ਸੀ ਵੀ ਛੇਤੀ ਛੇਤੀ ਲੈ ਕੇ ਕਰ ਮੈਂ ਜੀ ਮਾਤਾ ਸਭ ਕੋਲ, ਮਤਲਬ ਇੱਕ ਸਿਚੁਏਸ਼ਨ ਇੱਦਾਂ ਦੀ ਬਣਦੀ। ਚਿੱਤਰਗੁਪਤ ਕੋਈ ਲਿੱਤਾ ਇਹਦੇ ਵਿੱਚ ਫਿਲਮ ਦੇ ਵਿੱਚ? ਦੇਖੋ ਐਕਚੁਅਲੀ ਕੀ ਆ ਵੀ ਤੁਹਾਨੂੰ ਕਿਵੇਂ ਪਤਾ ਵੀ ਉੱਤੇ ਚਿੱਤਰਗੁਪਤ ਹੁੰਦਾ, ਤੁਸੀਂ ਗਏ ਹੋ ਕਦੇ? ਉਹ ਅਸੀਂ ਛੋਟੇ ਹੁੰਦੇ, ਇਹ ਵੀ ਸਵਾਲ ਆ ਜੀ, ਮਤਲਬ ਅਸੀਂ ਛੋਟੇ ਹੁੰਦੇ ਗੱਲ ਕੁੱਲ ਬਣਾ ਕੇ ਉਹੀ ਹੈ ਵੀ ਜਿਹੜੀਆਂ ਚੀਜ਼ਾਂ ਆਪਾਂ ਸੁਣੀਆਂ ਆਪਾਂ ਉਹਦੇ ਦਿਮਾਗ 'ਚ ਬਿਠਾ ਲਈਆਂ ਅਤੇ ਆਪਾਂ ਸੋਚਿਆ ਵੀ ਹਾਂ ਉੱਤੇ ਇੱਦਾਂ ਦਾ ਕੁਛ ਹੁੰਦਾ ਹੋਊਗਾ। ਸੋ ਹੁਣ ਮੈਂ ਆਪਦੇ ਹਿਸਾਬ ਨਾਲ ਉੱਤੇ ਕੀ ਬਣਾਇਆ ਇਹ ਤਾਂ ਤੁਹਾਨੂੰ ਮਰ ਗਏ ਲੋਕੋ ਦੇਖ ਕੇ ਪਤਾ ਲੱਗੂ, ਕਿਉਂਕਿ ਮੈਂ ਫਿਲਮ ਬਣਾਈ ਆ ਔਰ ਮੈਂ ਸੋਚਿਆ ਕਿ ਜੇ ਇੱਦਾਂ ਦੀ ਚੀਜ਼ ਦਿਖਾਈ ਜਾਵੇ। ਮੈਨੂੰ ਯਾਦ ਆ ਕਿ ਸਾਡੇ ਇੱਕ ਆਰਟਿਸਟ ਮੈਨੂੰ ਕਹਿੰਦੇ ਕਿ ਯਾਰ ਉੱਤੇ ਸੱਚੀ ਇੱਦਾਂ ਦਾ ਹੁੰਦਾ ਉਹ, ਮੈਂ ਕੀ ਗੱਲ ਭਾਅ ਜੀ, ਕਹਿੰਦੇ ਜੇ ਇੱਦਾਂ ਦਾ ਹੁੰਦਾ ਯਾਰ, ਕਹਿੰਦੇ ਮੇਰਾ ਤਾਂ ਮਰਨ ਨੂੰ ਜੀਆ ਕਰੀ ਜਾਂਦਾ, ਨਹੀਂ ਭਾਅ ਜੀ ਇੱਦਾਂ ਲਈ ਸੋਚ ਲਾਏਗਾ, ਇਹ ਤਾਂ ਆਪਣੀ ਇਮੈਜੀਨੇਸ਼ਨ ਹੈ, ਉੱਤੇ ਪਤਾ ਨਹੀਂ ਉੱਤੇ ਪਟੇ ਹੀ ਪੈਂਦੇ ਹੋਣ। ਗਿੱਪੀ ਭਾਅ ਜੀ ਮੈਨੂੰ ਇਹਦੇ ਵਿੱਚ ਦੱਸੋ, ਫਿਲਮ ਦੇ ਵਿੱਚ ਫਿਲਮ ਕਰਦੇ ਦੌਰਾਨ ਕੋਈ ਇੱਦਾਂ ਦਾ ਫਨੀ ਸੀਨ ਜਿਹੜਾ ਭੁਲਾਇਆ ਨਾ ਜਾਵੇ ਸਾਡੇ ਨਾਲ ਸ਼ੇਅਰ ਕਰਨਾ ਚਾਹੂੰ? ਇੱਦਾਂ ਦੇ ਤਾਂ ਬਹੁਤ ਸੀਨ ਹੈ ਜੀ, ਹੁਣ ਦੇਖੋ ਪੈਰ ਪੈਰ 'ਤੇ ਇੱਦਾਂ ਦਾ ਸੀਨ ਸੀਗਾ ਜਿਵੇਂ ਹੁਣ ਜਮਦੂਤ ਕੋਲ ਸਕੂਟਰ ਜਿਹਾ ਆਈ ਚਾਰ ਪਹੀਆਂ ਵਾਲਾ, ਉਹ ਗੱਲ ਵੱਖਰੀ ਹੈ ਵੀ ਜਮਦੂਤ ਨੂੰ ਚਲਾਉਣਾ ਨਹੀਂ ਸੀ ਆਉਂਦਾ, ਉਹ ਚੰਗੇ ਤਰੀਕੇ ਨਾਲ ਚਲਾਉਣਾ ਸੀਗਾ, ਦੋ ਚਾਰ ਬੰਦਿਆਂ ਨੇ ਗਿੱਟੇ ਗੁੱਟੇ ਵੀ ਮਿਲਦੇ ਇਹਨਾਂ ਨੇ, ਉਹ ਸੀਗਾ ਵੀ ਭਾਰਾ ਮੈਨੂੰ ਤਾਂ ਲੱਗਦਾ ਕਿ ਲਿਤੜਨਾ ਦੇਣਗੇ ਬੰਦੇ ਨੂੰ, ਕਿਤੇ ਸੱਚੀ ਕਿਸੇ ਨੂੰ ਕਿਸੇ ਦੇ ਪ੍ਰਾਣ ਤਿਆਗੇ ਜਾਣ। ਸੋ ਫਨੀ ਚੀਜ਼ਾਂ ਬਹੁਤ ਸੀਗੀਆਂ ਜੀ, ਭੱਲਾ ਸਾਹਿਬ ਕੋਲ ਰਾਤ ਸੀਗਾ, ਉਹਨਾਂ ਨੂੰ ਉਹ ਨਹੀਂ ਸੀ ਚਲਾਉਣਾ ਆਉਂਦਾ। ਸੋ ਜਦੋਂ ਚੀਜ਼ ਚੱਲਦੀ ਸੀ, ਜਦੋਂ ਕੋਈ ਸੀਨ ਕ੍ਰੀਏਟ ਹੁੰਦਾ ਸੀ ਤਾਂ ਉਹਦੇ 'ਚ ਬੜੇ ਇੱਦਾਂ ਦੇ ਮੂਵਮੈਂਟ ਆਉਂਦੇ ਸੀ ਜਿਹਦੇ 'ਚ ਹਾਸਾ ਪੈਂਦਾ ਸੀ, ਔਰ ਇਹ ਇੱਕ ਵੱਖਰੇ ਰੰਗ ਦੀ ਫਿਲਮ ਸੀ ਸਾਡੇ ਲਈ, ਤਾਂ ਵੈਸੇ ਹੀ ਸਾਰੀਆਂ ਮੂਵਮੈਂਟਾਂ ਹੀ ਸਪੈਸ਼ਲ ਨੇ ਜੀ। ਅਨਮੋਲ ਸਾਹਿਬ ਤੁਸੀਂ ਬੜੇ ਅੱਛੇ ਕਰੈਕਟਰ ਬੜੇ ਕਰਦੇ ਹੋ, ਅਤੇ ਤੁਸੀਂ ਕਰੈਕਟਰ ਦੇ ਨਾਲ ਨਾਲ ਇੱਕ ਅਦਾਕਾਰ ਹੋ, ਕਲਾਕਾਰ ਹੋ, ਸਿੰਗਰ ਹੋ, ਮੈਂ ਤੁਹਾਡੇ ਤੋਂ ਗਾਣਾ ਸੁਣਨਾ ਚਾਹੁੰਦਾ। ਇਸ ਫਿਲਮ ਦੇ ਵਿੱਚ ਇਹਨਾਂ ਦਾ ਬਹੁਤ ਅੱਛਾ ਗਾਣਾ ਹੈ ਜੀ, ਵੈਸੇ ਤਾਂ ਇਹਨਾਂ ਦਾ ਤਕਰੀਬਨ ਮੇਰੀਆਂ ਹਰੇਕ ਫਿਲਮ 'ਚ ਹੀ ਆਲਮੋਸਟ ਗਾਣਾ ਹੁੰਦਾ, ਅੱਗੇ ਮੰਜੇ ਬਿਸਤਰੇ 2 ਆ ਰਹੀ ਆ, ਉਹਦੇ 'ਚ ਵੀ ਬਹੁਤ ਅੱਛਾ ਗਾਣਾ ਹੈ। ਸੋ ਇਹਦੇ 'ਚ ਜਿਹੜਾ ਗਾਣਾ ਮੈਨੂੰ ਬਹੁਤ ਪਸੰਦ ਹੈ, ਔਰ ਬਾਈ ਸੁਣਾ ਦਿਓ। ਹਾਂਜੀ, ਸੁਣ ਲਾ ਮੈਂ ਤੇਰੇ ਮਿੱਠੜੇ ਜੇ ਬੋਲ ਨੀ ਬੈਠੀ ਰਹਿ ਬੀਬਾ ਅੱਖੀਆਂ ਦੇ ਕੋਲ ਨੀ। ਪੀ ਜੀ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ। ਪੁੱਛੋ ਜਲਦੀ ਪੁੱਛੋ, ਕਿਹ ਪੁੱਛਣਾ ਚਾਹੁੰਦੇ? ਅੱਛਾ ਤੁਸੀਂ ਇਹ ਸਾਡੇ 'ਤੇ ਫਿਲਮ ਬਣਾਈਆਂ, ਇਹ ਜਿਹੜੀ ਫਿਲਮ ਬਣਾਈ ਤੁਸੀਂ ਕਿੱਥੇ ਬਣਾਈ, ਕਿਹੜੇ ਡਿਪਾਰਟਮੈਂਟ 'ਚ ਬਣਾਈ, ਅਸੀਂ ਕਿੱਥੇ ਸੀ? ਤੁਸੀਂ ਨਾ ਤੁਸੀਂ ਫਿਲਮ ਦੇ ਵਿੱਚ ਸੀਗੇ, ਉਹ ਗੱਲ ਵੱਖਰੀ ਆ, ਤੁਹਾਡੇ ਵਾਲਾ ਡਿਪਾਰਟਮੈਂਟ ਇਹਨਾਂ ਕੋਲ ਆ, ਤੁਹਾਡੇ ਡਿਪਾਰਟਮੈਂਟ ਨੂੰ ਇਹ ਹੈਂਡਲ ਕਰਦੇ ਨੇ। ਅੱਛਾ ਮੈਂ ਕਹਿ ਚਾਹੁੰਦਾ ਕਜਲਾ ਕਰਦਾ ਮੈਂ ਕੀਤਾ। ਅੱਛਾ ਤੇ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ, ਆਹ ਤੁਹਾਡੀਆਂ ਧਰਤੀ ਵਾਲੀਆਂ ਅਪਡੇਟ ਸਾਨੂੰ ਮਿਲਦੀਆਂ ਨਹੀਂ ਛੇਤੀ, ਤੇ ਮੈਨੂੰ ਵੀ ਨਾ ਚੱਪ 'ਚ ਫੂਸਬੁੱਕ ਪਾ ਦਿਓ। ਹਾਂ ਫੂਸਬੁੱਕ ਪਾਈ ਹੋਈ ਹੈ ਇਹਨਾਂ ਦੇ ਕੋਲੇ, ਉੱਪਰ ਫੂਸਬੁੱਕ ਚੱਲਦੀ ਹੈ, ਇਹਨਾਂ ਨੇ ਇਹੀ ਤਾਂ ਗਲਤੀ ਕੀਤੀ ਆ, ਜਦੋਂ ਇਹ ਉੱਥੋਂ ਆਇਆ ਇਹਨੂੰ ਵਟਸਐਪ 'ਤੇ ਲੋਕੇਸ਼ਨ ਆਈ ਸੀ ਵੀ ਬੰਦਾ ਉੱਥੇ ਪਿਆ ਹੈ, ਉਹਨੂੰ ਚੱਕ ਕੇ ਲਿਆਉਣਾ ਹੈ, ਤੇ ਵਟਸਐਪ ਦੀ ਲੋਕੇਸ਼ਨ ਦੇ ਹਿਸਾਬ ਨਾਲ ਉੱਥੇ ਕਿਤੇ ਖੱਬੇ ਸੱਜੇ ਮੈਂ ਵੀ ਪਿਆ ਸੀ, ਮਤਲਬ ਸਰਚ ਨਹੀਂ ਕੀਤੀ, ਪੂਰੀ ਸਰਚ ਨਹੀਂ ਕੀਤੀ ਹੈਗੀ, ਬੰਦਾ ਗਲਤੀ ਨਾਲ ਚੱਕ ਕੇ ਲੈ ਗਿਆ, ਉੱਤੇ ਜਾ ਕੇ ਇਹਦਾ ਮੁੱਦਾ ਵੀ ਇਹੀ ਸੀਗਾ, ਕਹਿੰਦਾ ਮੈਨੂੰ ਲੋਕੇਸ਼ਨ ਆਈ ਸੀ। ਹਾਂ ਫੂਸਬੁੱਕ ਪਾ ਕੇ ਦੇਵਾਂਗੇ, ਤੁਸੀਂ ਪਾ ਕੇ ਦਿਓ ਜੀ, ਤੁਹਾਡੇ ਕੋਲ ਹੈ ਗਿਆ, ਜਿਵੇਂ ਆਪਣੇ ਐਪਲ ਚੱਲਦਾ ਹੈ ਇਹਨਾਂ ਦੇ ਉੱਤੇ ਕੇਲਾ ਚੱਲਦਾ ਹੈ ਜੀ। ਕੇਲਾ ਚੱਲਦਾ, ਹਾਂ ਇਹਨਾਂ ਦੇ ਤਾਂ ਉੱਤੇ ਕੇਲਾ, ਮੇਰੇ ਖਿਆਲ ਕੇਲਾ 283 ਚੱਲ ਰਿਹਾ, ਜਿਵੇਂ ਇੱਥੇ 10 ਚੱਲ ਰਿਹਾ ਐਪਲ, ਉੱਥੇ ਕੇਲਾ 283 ਚੱਲ ਰਿਹਾ, ਬਹੁਤ ਐਡਵਾਂਸ ਹੈ ਉੱਤੇ, ਉੱਤੇ ਦੇਖੋਗੇ ਬਹੁਤ ਖਿਲਾਰਾ ਹੈ ਉੱਤੇ। ਫਿਰ ਜਿਹੜੇ ਨਿੱਕੇ ਮੋਟੇ ਫੋਨ ਆ ਉਹ ਤਾਂ ਗੰਡੇ ਮਿਰਚਾਂ ਹੀ ਹੋ ਗਏ, ਗੰਡੇ ਮਿਰਚਾਂ ਹੀ ਨੇ। ਵਾਹ ਜੀ ਵਾਹ। ਗਿੱਪੀ ਭਾਅ ਜੀ ਮੈਂ ਗੱਲ ਪੁੱਛਣਾ ਚਾਹੁੰਦਾ, ਜਿਵੇਂ ਭੱਲਾ ਸਾਹਿਬ ਦਾ ਅਲੱਗ ਹੀ ਡਿਫਰੈਂਟ ਕਿਰਦਾਰ ਹੁੰਦਾ ਹਰ ਫਿਲਮ ਦੇ ਵਿੱਚ ਲੈ ਕੇ, ਉਹਨਾਂ ਦਾ ਇੱਕ ਤਕੀਆ ਕਲਾਮ ਹੁੰਦਾ ਹੈ, ਜੇ ਚੰਡੀਗੜ੍ਹ ਢਹਿ ਜਾਊ ਤਾਂ ਪਿੰਡਾਂ ਵਰਗਾ ਤਾਂ ਰਹਿ ਜਾਊ, ਇਸ ਫਿਲਮ ਦੇ ਵਿੱਚ ਕੁਛ ਇੱਦਾਂ ਦਾ? ਉਹ ਹੈਗੇ ਨੇ ਜੀ ਕਰਮਰਾਜ, ਫਿਲਮ ਦੇ ਵਿੱਚ ਕਰਮਾਂ ਦਾ ਲੇਖਾ ਜੋਖਾ ਦੇਖਦੇ ਆ, ਅਤੇ ਹੈੱਡ ਨੇ ਉਹ ਉੱਥੇ ਦੇ, ਅਤੇ ਉਹ ਕਹਿੰਦੇ ਨੇ ਵੀ ਜੇ ਹੁਣ ਬਣਾ ਕੀਤਾ ਰਾਜ ਫਿਰ ਟੱਟੂ ਦੇ ਕਰਮਰਾਜ।
ਜੇ ਹੁਣ ਵਾ ਕੀਤਾ ਰਾਜ ਤੇਰਾ ਹੀ ਟੱਟੂ ਦੇ ਕਰਮ ਰਾਜ ਮੈਂ ਕਰਮ ਰਾਜ ਤੋਂ ਗੱਲ ਆ ਗਈ ਭਾਜੀ ਮੈਨੂੰ ਥੋੜਾ ਹੋਰ ਸਮਾਂ ਦੇ ਦੋ ਮੈਂ ਥੋੜਾ ਨਾ ਨਾ ਬਈ ਟਾਈਮ ਬਹੁਤ ਆ ਯਾਰ ਮੈਂ ਥੋੜਾ ਜਿਹਾ ਸਮਾਂ ਲੈ ਲਵਾਂ ਟਾਈਮ ਬਹੁਤ ਹੋ ਗਿਆ ਆਉ ਚੱਲੀਏ ਯਾਰ ਹੁਣ ਨਹੀਂ ਨਹੀਂ ਸਾਨੂੰ ਤੇ ਉਹ ਆ ਗਿਆ ਨਹੀਂ ਨਹੀਂ ਮੈਂ ਥੋੜੇ ਹੋਰ ਸਵਾਲ ਪੁੱਛਣਾ ਜੀ ਹਜੇ ਤਾਂ ਬੜਾ ਟਾਈਮ ਲੈਣਾ ਸਵਾਲ ਨੂੰ ਹੁਣ ਇਹ ਟੀਚਰ ਲੱਗੇ ਨੇ ਨਹੀਂ ਨਹੀਂ ਮੈਂ ਬਹੁਤ ਅੱਗੇ ਬੰਦਾ ਪੁੱਛ ਲੈਣ ਇੱਕ ਦਾ ਪੁੱਛ ਲੈਂਦਾ ਗਿੱਪੀ ਭਾਜੀ ਰਾਈਟਰ ਸਿੰਗਰ ਡਾਇਰੈਕਟਰ ਪ੍ਰੋਡਿਊਸਰ ਪ੍ਰੋਡਕਸ਼ਨ ਜੀ ਉਹ ਇੰਨਾ ਕੁਝ ਕਰਨ ਤੋਂ ਬਾਅਦ ਇਹ ਨਹੀਂ ਲੱਗਦਾ ਉਹ ਮਰ ਗਿਆ ਉਹ ਲੋਕੋ ਇਹਨਾਂ ਦੇ ਬਸ ਡੇਟਾ ਲੈਣ ਵੇਲੇ ਲੱਗਦਾ ਮਰ ਗਏ ਲੋਕੋ ਓਦਾਂ ਬੜਾ ਪੰਗਾ ਹੀ ਲੱਗਦਾ ਹੈਗਾ ਮਰ ਗਏ ਲੋਕੋ ਕਰਮਜੀਤ ਜੀ ਸਵਾਲ ਤੁਹਾਡੇ ਤੇ ਆ ਤੁਸੀਂ ਬੜੇ ਪੰਕਚੁਅਲ ਹੋ ਮੈਂ ਤੁਹਾਡੇ ਨਾਲ ਵਾਰਤਾਲਾਪ ਪਹਿਲਾਂ ਕਰ ਰਿਹਾ ਸੀਗਾ ਇੰਟਰਵਿਊ ਤੋਂ ਪਹਿਲਾਂ ਆਪਣੇ ਬਾਰੇ ਤੁਸੀਂ ਦੱਸੋ ਕੁਛ ਨਹੀਂ ਆਪਣੇ ਬਾਰੇ ਤਾਂ ਮੈਂ ਕੀਤਾ ਸੀ ਮੇਰੇ ਬਾਰੇ ਤਾਂ ਇਹ ਦੱਸੋ ਵੀ ਮੈਂ ਹੈਗਾ ਕਿ ਨਹੀਂ ਇਹ ਹੁਣ ਇਹ ਦੱਸਣਗੇ ਵੀ ਹਾਂ ਮੈਂ ਬਹੁਤ ਪੰਕਚੁਅਲ ਆ ਮੈਂ ਕੰਮ ਇੰਨਾ ਅੱਛਾ ਕਰਦਾ ਹੈ ਵੀ ਕਮਾਲ ਹੀ ਕਰ ਦੇਣਾ ਹੁਣ ਤੁਸੀਂ ਇਹ ਸੁਣਨਾ ਚਾਹੁੰਦੇ ਹੋ ਇਸ ਇੱਕ ਗੱਲ ਪੱਕੀ ਆ ਵੀ ਦੇਖੋ ਬੰਦਾ ਬਹੁਤ ਪੰਕਚੁਅਲ ਆ ਇਹ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਸੋ ਕਈ ਫਿਲਮਾਂ ਦੇ ਵਿੱਚ ਸਭ ਤੋਂ ਵੱਡਾ ਪੰਗਾ ਸੀ ਮੰਜੇ ਬਿਸਤਰੇ ਵੇਲੇ ਇਹਨਾਂ ਕੋਲੇ ਦਿਨ ਸੀਗੇ ਬਹੁਤ ਘੱਟ ਤੇ ਰੋਲ ਤੁਸੀਂ ਦੇਖੋ ਮੰਜੇ ਬਿਸਤਰੇ 'ਚ ਐਡਾ ਵੱਡਾ ਹੈ ਸੋ ਮੈਂ ਇਹਨਾਂ ਨੂੰ ਕਿਹਾ ਬਾਈ ਕਰਨਾ ਕਹਿੰਦੇ ਯਾਰ ਮੇਰੇ ਕੋਲ ਤਾਂ 5-6 ਦਿਨ ਨੇ ਮੈਂ ਕਿਹਾ ਬਾਈ 5-6 ਦਿਨਾਂ 'ਚ ਕਿਵੇਂ ਹੋਜੂ ਕਹਿੰਦੇ 5-6 ਦਿਨ ਦਾ ਮਤਲਬ ਇਹ ਆ ਵੀ ਮੈਂ 24 ਘੰਟੇ ਤੁਹਾਡੇ ਕੋਲ ਆ ਮੇਰੇ ਤੋਂ ਜਿੰਨਾ ਕੰਮ ਮਰਜ਼ੀ ਕਰਾਓ ਮੈਂ ਲੇਟ ਨਹੀਂ ਆਊ ਮੈਂ ਕਿਹਾ ਬਾਈ 3 ਘੰਟੇ ਤੁਹਾਡੇ ਮੇਕਅਪ ਨੂੰ ਲੱਗਣਾ ਕਿਉਂਕਿ ਝੁਰੜੀਆਂ ਪੈਣੀਆਂ ਸੀ ਮੋਢੇ ਹੋਣਾ ਸੀ ਇਹ ਉਹ ਕਹਿੰਦਾ ਮੈਂ 3 ਘੰਟੇ ਪਹਿਲਾਂ ਸੈੱਟ ਦੇ ਉੱਤੇ ਸਭ ਤੋਂ ਪਹਿਲਾਂ ਇਹ ਤੇ ਇਹਨਾਂ ਦਾ ਸਟਾਫ ਉਹ ਆ ਜਾਂਦਾ ਸੀ ਹਲੇ ਕੋਈ ਨਹੀਂ ਸੀ ਹੁੰਦਾ ਇਹ ਆਪਦਾ ਤਿਆਰ ਹੁੰਦੇ ਸੀ ਸਭ ਕੁਝ ਸੈੱਟ ਫਿੱਟ ਕਰਕੇ ਰੈਡੀ ਹੁੰਦੇ ਸੀ ਅਸੀਂ ਜਾਂਦੇ ਹੀ ਸ਼ੂਟ ਕਰਦੇ ਸੀ ਜਿੰਨੇ ਦਿਨ ਸ਼ੂਟ ਹੋਇਆ 5-6 ਦਿਨ ਕੰਟੀਨਿਊਸਲੀ ਔਰ ਲਗਾਤਾਰ 14-14 ਘੰਟੇ ਸ਼ੂਟ ਔਰ ਇੰਨਾ ਮੇਕਅਪ ਰੱਖਣਾ ਬਾਈ ਗਰਮੀ ਦੇ ਵਿੱਚ ਇੰਨਾ ਜ਼ਿਆਦਾ ਔਖਾ ਸੀ ਮੈਂ ਕਹਿੰਦਾ ਬਸ ਇੱਕ ਇਹੀ ਆਰਟਿਸਟ ਸੀ ਜਿਹੜਾ ਇਹ ਚੀਜ਼ ਕਰ ਸਕਦਾ ਸੀ ਔਰ ਇਹਦੇ ਲਈ ਦਾੜ ਕਿਆ ਬਾਤ ਹੈ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਟਾਈਮ ਤੇਰਾ ਪੂਰਾ ਹੋ ਗਿਆ ਮੈਂ ਤਾਂ ਚੱਲ ਵੀ ਓ ਜੀ ਥੋੜਾ ਜਿਹਾ ਹੋਰ ਸਮਾਂ ਨਹੀਂ ਸਮਝ ਉੱਤੇ ਪਹਿਲਾਂ ਗੱਲ ਦੱਸ ਤੇ ਨਹੀਂ ਬੁਝਾ ਗੱਲ ਗੱਲ ਦੱਸ ਕਿਹੜੀ ਨਹੀਂ ਸਮਝ ਆਉਂਦੀ ਗੱਲ ਇਹ ਸੀ ਜਿਹੜੀ ਤੂੰ ਭੁੱਲ ਗਿਆ ਉਧਰੋਂ ਕਿਤੇ ਇਸ਼ਾਰਾ ਕਿਸੇ ਪਾਸੇ ਆ ਗਿਆ ਉਹ ਇਸ਼ਾਰੇ ਕਰੀ ਜਾਂਦੀ ਸਾਰੇ ਇਸ਼ਾਰਾ ਆਇਆ ਵਾ ਉੱਤੋਂ ਇਸ਼ਾਰਾ ਆਇਆ ਇਸ਼ਾਰਾ ਆ ਗਿਆ ਤੇ ਕਰਮਰਾਜ ਇਸ਼ਾਰੇ ਆ ਗਿਆ ਤਾਂ ਕਿਲਾ ਚੱਲ ਰਿਹਾ ਨਾ ਉੱਪਰ ਜੀ ਨਾਲ ਦੀ ਨਾਲ ਮੈਸੇਜ ਆ ਜਾਂਦਾ ਕਰਮਰਾਜ ਜੀ ਦਾ ਠੀਕ ਹੈ ਮੈਂ ਕਹਿ ਰਿਹਾ ਸੀ ਵੀ ਟਾਈਮ ਪੂਰਾ ਮੈਂ ਤੁਹਾਡੇ ਇਸ਼ਾਰੇ ਦਾ ਮਤਲਬ ਸਮਝ ਗਿਆ ਜੀ ਮੈਨੂੰ ਥੋੜਾ ਜਿਹਾ ਹੋਰ ਸਮਝ ਨਹੀਂ ਨਹੀਂ ਭਾਈ ਟਾਈਮ ਪੂਰਾ ਹੋ ਗਿਆ ਹੁਣ ਚੱਲ ਯਾਰ ਨਹੀਂ ਨਹੀਂ ਇੱਕ ਗਾਣਾ ਜਾਂਦੇ ਨੇ ਗਾਣਾ ਸੁਣਾ ਦਿਓ ਭਾਜੀ ਮਰ ਗਏ ਲੋਕੋ ਦਾ ਮਰ ਗਏ ਲੋਕੋ ਹੋ ਨਰਮ ਜਹੀ ਕੁੜੀ ਗਰਮ ਜਹੀ ਘੋਲੇ ਆਣ ਕੇ ਕੰਨ ਚ ਕੁਝ ਕਹਿ ਗਈ ਓਏ ਮਰ ਗਏ ਓਏ ਲੋਕੋ ਕੁੜੀ ਕੱਢ ਕੇ ਕਾਲ ਜਾ ਕਾਲ ਜਾ ਕੱਢ ਕੇ ਕਾਲ ਜਾ ਲੈ ਗਈ ਓਏ ਮਰ ਗਏ ਓਏ ਲੋਕੋ ਕੀ ਬਾਤ ਹੈ ਭਾਜੀ ਮੈਨੂੰ ਫਿਲਮ ਦਾ ਫੇਵਰਿਟ ਡਾਇਲੌਗ ਸੁਣਾ ਦਿਓ ਇੱਕ ਵਾਰ ਤੁਹਾਡੇ ਦੋਨਾਂ ਦਾ ਜਿਹੜਾ ਹੋਵੇ ਨਹੀਂ ਨਹੀਂ ਇੰਨੀਆਂ ਗੋਲੀਆਂ ਤਾਂ ਵੱਡੋਂ ਚ ਨਹੀਂ ਪੈਂਦੀਆਂ ਜਿੰਨੀਆਂ ਇਹ ਮਿੰਟ ਚ ਪਾਈ ਫਿਰਦੇ ਇੱਕ ਭਾਜੀ ਮੈਂ ਜਿਵੇਂ ਤੁਸੀਂ ਲਖਨਊ ਸੈਂਟਰ ਫਿਲਮ ਕੀਤੀ ਸੀ ਮੈਂ ਦੇਖ ਰਿਹਾ ਸੀ ਇੱਕ ਦਿਨ ਬੈਠਾ ਬੜੀ ਜ਼ਬਰਦਸਤ ਤੁਹਾਡੀ ਐਕਟਿੰਗ ਤੇ ਜਿਵੇਂ ਉਹ ਫਿਲਮ ਨੇ ਇੱਕ ਮੈਸੇਜ ਦਿੱਤਾ ਇਹ ਫਿਲਮ ਦੀ ਕੋਈ ਨਾ ਕੋਈ ਕਿਤੇ ਮੈਸੇਜ ਹੈ ਇਸ ਫਿਲਮ ਦਾ ਬਹੁਤ ਅੱਛੇ ਮੈਸੇਜ ਨੇ ਜੀ ਔਰ ਮੈਨੂੰ ਐਂ ਲੱਗਦਾ ਵਾ ਕਿ ਜਿਸ ਤਰ੍ਹਾਂ ਦੇ ਮੈਸੇਜ ਇਸ ਫਿਲਮ ਦੇ ਵਿੱਚ ਆਉਣਗੇ ਦੇਖੋ ਫਿਲਮ ਹੈ ਕਾਮੇਡੀ ਇੰਟਰਟੇਨਮੈਂਟ ਬਟ ਮੈਸੇਜ ਰਾਈਟ ਤਾਂ ਹੀ ਡਿਲੀਵਰ ਹੁੰਦਾ ਵਾ ਜੇ ਅਸੀਂ ਹੱਸਦੇ ਹਸਾਉਂਦੇ ਉਹਨੂੰ ਵਿੱਚ ਕਿਸੇ ਤਰੀਕੇ ਨਾਲ ਕਹਿ ਜੀਏ ਸੋ ਇਸ ਫਿਲਮ ਦੇ ਵਿੱਚ ਤਾਂ ਕਾਫੀ ਚੀਜ਼ਾਂ ਨੇ ਜੀ ਔਰ ਮੈਨੂੰ ਲੱਗਦਾ ਕਿ ਜੇ ਉੱਤੇ ਜਾ ਕੇ ਦੇਖੋਗੇ ਫਿਲਮ ਦਾ ਜਲਵਾ ਮਾਹੌਲ ਵੀ ਕੀ ਹੈ ਸੋ ਉੱਥੇ ਤੁਹਾਨੂੰ ਠਾਹ ਦੇ ਮੈਸੇਜ ਮਿਲਣੇ ਔਰ ਬੰਦੇ ਸ਼ਾਇਦ ਉਸ ਤੋਂ ਬਾਅਦ ਚੰਗੇ ਕੰਮ ਕਰਨ ਲੱਗ ਜਾਣ ਇੱਕ ਮੇਰੇ ਫਿਰ ਇੱਕ ਦਿਮਾਗ ਦੇ ਵੀ ਸਵਾਲ ਆ ਗਿਆ ਜੀ ਮੈਂ ਦਿਮਾਗ 'ਚ ਤੇਰੇ ਹਰ ਵਾਰੀ ਗੱਲ ਕਿਉਂ ਆਉਂਦੀ ਆ ਭਾਜੀ ਨਹੀਂ ਤਾਂ ਤੁਸੀਂ ਮੈਨੂੰ ਚੱਕ ਕੇ ਲੈਣਾ ਉੱਪਰ ਮੈਂ ਤਾਂ ਹੀ ਤਾਂ ਜ਼ਿਆਦਾ ਸਮਾਂ ਲੈ ਰਿਹਾ ਮੈਨੂੰ ਜਿੱਦਾਂ ਮੇਰੇ ਨਾਲ ਬਹੁਤ ਕੁੱਤੇ ਖਾਣੀ ਹੋਈ ਥੱਲੇ ਆਉਣ ਤੇ ਮੈਂ ਆਪਣਾ ਝੋਟਾ ਥੱਲੇ ਲੈ ਕੇ ਆਇਆ ਇੱਥੋਂ ਪੰਜਾਬ ਦੀਆਂ ਮੱਝਾਂ ਪੁੱਥਰ ਗਈਆਂ ਉਹ ਮੈਨੂੰ ਸਮਝ ਨਾ ਆਵੇ ਯਾਰ ਇਹਨਾਂ ਨੇ ਇੰਨਾ ਸੋਹਣਾ ਝੋਟਾ ਕਦੇ ਦੇਖਿਆ ਨਹੀਂ ਜਦੋਂ ਤੁਸੀਂ ਥੱਲੇ ਆਏ ਤੁਹਾਡੇ ਨਾਲ ਕੋਈ ਏਦਾਂ ਦੀ ਗੱਲ ਵਾਪਰੀ ਨਾ ਨਾ ਮੇਰੇ ਨਾਲ ਹੀ ਵਾਪਰੀ ਤੁਸੀਂ ਕਿੱਦਾਂ ਮੈਂ ਤਾਂ ਇੰਨਾ ਟਾਈਮ ਹੀ ਨਹੀਂ ਲਾਇਆ ਇਹ ਤੁਸੀਂ ਕਿੱਦਾਂ ਆਏ ਮੈਂ ਇਹ ਤਾਂ ਆਇਆ ਵੀ ਇਹ ਤਾਂ ਮਾਡਰਨ ਚੀਜ਼ ਤੇ ਆਇਆ ਸੀ ਇਹ ਤਾਂ 4 ਪਈਆਂ ਵਾਲੇ ਝੋਟੇ ਤੇ ਆਇਆ ਸੀ ਮੈਂ ਤਾਂ 4 ਪਈਆਂ ਵਾਲੇ ਝੋਟੇ ਤੇ ਆਇਆ ਸੀ ਹਾਂ ਡਿਜੀਟਲ ਹੋ ਗਿਆ ਹੁਣ ਡਿਜੀਟਲ ਹੋ ਗਿਆ ਭਾਜੀ ਜਦੋਂ ਤੁਸੀਂ ਉੱਪਰ ਗਏ ਵੀਰੇ ਮੈਂ ਕਹਿੰਦਾ ਤੁਸੀਂ ਨਿਕਲੋ ਲੇਟ ਆ ਤੂੰ ਤਾਂ ਇੰਨੇ ਟਾਈਮ ਤੋਂ ਮੈਨੂੰ ਦੋ ਵਾਰੀ ਚੱਕ ਲੈ ਗਈ ਇਹ ਇੰਨੇ ਟਾਈਮ ਤੋਂ ਮੈਨੂੰ ਥੱਲੇ ਵੀ ਮੋੜ ਲਿਆਈ ਉਹ ਤੇਰੇ 'ਚ ਪਾਵਰ ਹੀ ਨਹੀਂ ਕਿ ਤੂੰ ਕਹਦਾ ਜਿਵੇਂ ਤੂੰ ਤਾਂ ਚੱਲ ਮੇਰੇ ਆ ਟੀਨੇ ਜੇ ਕੰਮ ਨਹੀਂ ਕਰਦੇ ਇੱਕ ਸਵਾਲ ਭਾਜੀ ਬਸ ਭਾਜੀ ਜਦੋਂ ਤੁਸੀਂ ਉੱਪਰ ਗਏ ਮੈਂ ਟ੍ਰੇਲਰ 'ਚ ਦੇਖਿਆ ਉੱਤੇ ਬ੍ਰਾਜ਼ੀਲ ਅਲੱਗ ਅਲੱਗ ਕੰਟਰੀਆਂ ਦੇ ਬੋਰਡ ਲੱਗੇ ਹੋਏ ਯੂਕੇ ਹੈ ਅਮਰੀਕਾ ਤੇ ਉੱਥੇ ਇੱਕੋ ਹੀ ਧਰਮ ਰਾਜ ਸਾਰਿਆਂ ਨੂੰ ਕੰਟਰੀ ਨੂੰ ਹੈਂਡਲ ਕਰ ਰਹੇ ਲੱਗਦਾ ਫਿਲਮ ਹੈ ਇਹੀ ਦਾ ਫਿਲਮ ਹੈ ਇਹਦਾ ਫਿਲਮ ਹੈ ਜਾ ਕੇ ਦੱਸਦੀ ਅਸੀਂ ਇਹ ਤੁਸੀਂ ਦੇਖੋਗੇ 31 ਤਰੀਕ ਨੂੰ 31 ਤਰੀਕ ਨੂੰ ਹੱਸਦੇ ਹੱਸਦੇ ਕਹੋਗੇ ਮਰ ਗਏ ਓਏ ਲੋਕੋ
ਬਾਜੋ ਯਾਰ ਉਹ ਯਮਦੂਤ ਜੀ ਸਮਝਿਆ ਕਰੋ ਯਾਰ ਤੂੰ ਮੇਰੇ ਕੋਲ ਟਾਈਮ ਹੈ ਨਹੀਂ ਯਾਰ ਚੱਲ ਉਹ ਭਾਜੀ ਉਹ ਯਾਰ ਟਾਈਮ ਹੈ ਨਹੀਂ ਦੱਸ ਤੂੰ ਕਿੱਡਾ ਇਥੇ ਪ੍ਰਧਾਨ ਮੰਤਰੀ ਆ ਦੱਸ ਉਹ ਤੇ ਨਿੱਕਾ ਜਿਹਾ ਯਮਦੂਤ ਆ ਛੋਟਾ ਮੋਟਾ ਆ ਹੁਣ ਤੇਰੀ ਪ੍ਰਮੋਸ਼ਨ ਹੋਈ ਪਹਿਲੇ ਕੁੱਤੇ ਬਿੱਲੀਆਂ ਚੁੱਕਦਾ ਹੁੰਦਾ ਸੀ ਮੈਂ ਪਛਾਣਿਆ ਨਹੀਂ ਤੈਨੂੰ ਮੈਂ ਦੇਖੋ ਤੇਰੀ ਹੁਣੇ ਪ੍ਰਮੋਸ਼ਨ ਹੋਈ ਤੇਰੀ ਨਾ ਪਹਿਲਾਂ ਮੱਛਰ ਮਾਰਨ ਤੇ ਲੱਗਾ ਹੁੰਦਾ ਸੀ ਤੂੰ ਜੇ ਹੋ ਹੀ ਗਿਆ ਇੰਨਾ ਪ੍ਰਮੋਟ ਹੋ ਗਿਆ ਥੋੜੇ ਹੰਕਾਰ ਨਾ ਕਰ ਯਾਰ ਆਪਣਾ ਬੰਦਾ ਮੈਂ ਤੇਰੀ ਰਿਕੁਐਸਟ ਕਰ ਰਿਹਾ ਅੱਗੇ ਕਿੰਨੇ ਬੰਦੇ ਦਿੱਤੇ ਤੈਨੂੰ ਮੈਂ ਜਦੋਂ ਮੈਂ ਰੋਡਵੇਜ 'ਚ ਡਰਾਈਵਰ ਹੁੰਦਾ ਸੀ ਕਿੰਨੇ ਗਾਹਕ ਦਿੱਤੇ ਤੈਨੂੰ ਅੱਗੇ ਉਹ ਹੈ ਨਹੀਂ ਮੇਰੇ ਕੋਲ ਟਾਈਮ ਜੀ ਹੈ ਨਹੀਂ ਮੇਰੇ ਕੋਲ ਟਾਈਮ ਮੈਂ ਤਾਂ ਖੁਦ ਹੀ ਕੋਈ ਘੜੀ ਲੈ ਕੇ ਚਾ ਕੇ ਤੈਨੂੰ ਮੈਂ ਘੜੀ ਲੈ ਦੇਣਾ ਨਵੀਂ ਬੰਦਾ ਛੱਡ ਸਾਡਾ ਬਹਿ ਕੇ ਯਾਰ ਬਣੀ ਆਈ ਯਾਰ ਭਾਈ ਦੱਸੋ ਇਧਰ ਇੱਥੇ ਯਾਰ ਲੈ ਦੇ ਕਿਉਂਕਿ ਬਹਿ ਕੇ ਗੱਲ ਨਿਬੇੜ ਲੈਂਦੇ ਆਪਾਂ ਯਾਰ ਦੱਸੋ ਆਹ ਬਣੀ ਆ ਯਾਰ ਹੈ ਯਮਦੂਤ ਆਵਾਜ਼ ਗੁੰਨੇ ਵਾਲੀ ਇਹਦੀ ਇਹ ਘੁੰਗਰੂ ਜੇ ਛਣਕਾਈ ਜਾਂਦਾ ਮੈਨੂੰ ਗੁੱਸਾ ਚੜੀ ਯਾਰ ਇਹ ਲੜਾਈ ਹੋ ਜਾਣੀ ਮੇਰੀ ਯਮਦੂਤ ਨਾਲ ਤੈਨੂੰ ਮੈਂ ਦੱਸਾਂ ਕਰਾ ਲਈ ਯਮਦੂਤ ਸਾਹਿਬ ਮੈਨੂੰ ਥੋੜਾ ਟਾਈਮ ਦੇ ਦਿਓ ਮੈਂ ਫਿਲਮ ਦੇ ਬਾਰੇ ਗੱਲਬਾਤ ਕਰਨਾ ਯਾਰ ਸਾਡੀ ਫਿਲਮ ਆ ਰਹੀ ਹੈ ਗੱਲ ਸੁਣ ਇੱਕ ਮਿੰਟ ਅਸੀਂ ਫਿਲਮ ਬਣਾਈ ਮਾਰ ਗਏ ਹੋਏ ਲੋਕੋ ਕਿਹਨੂੰ ਪ੍ਰਮੋਟ ਕਰ ਰਹੇ ਹਾਂ ਪਰਲੋਕ ਨੂੰ ਅੱਜ ਤੱਕ ਲੋਕਾਂ ਨੇ ਕਦੀ ਪ੍ਰਲੋਕ ਦੇਖਿਆ ਸੀ ਤੁਹਾਡੀ ਸ਼ਕਲ ਦੇਖੀ ਕਿਸੇ ਨੇ ਅੱਜ ਤੱਕ ਅਸੀਂ ਤੁਹਾਡੀ ਟੈਰੀਟਰੀ ਪ੍ਰਮੋਟ ਕਰ ਰਹੇ ਹਾਂ ਅਸੀਂ ਉਹ ਦੁਨੀਆ ਲੋਕਾਂ ਨੂੰ ਦਿਖਾ ਰਹੇ ਹਾਂ ਜਿੱਥੇ ਐਡੀ ਮਿਹਨਤ ਨਾਲ ਤੁਸੀਂ ਬੰਦੇ ਮਾਰ ਮਾਰ ਕੇ ਲੈ ਕੇ ਜਾਂਦੇ ਹੋ ਤੁਹਾਡੇ ਫਾਇਦੇ ਦੀ ਗੱਲ ਕਰ ਰਹੇ ਹਾਂ ਤੁਹਾਡੀ ਫਿਲਮ ਦੀ ਤੁਸੀਂ ਪ੍ਰਮੋਸ਼ਨ ਨਹੀਂ ਹੁੰਦੇ ਰਹੇ ਯਾਰ ਉਹ ਚਾਰਾ ਆ ਹੀ ਗਿਆ ਜੇ ਮੈਨੂੰ ਇੰਟਰ ਕਰਨ ਵਾਸਤੇ ਤਾਂ ਕਰ ਲੈਂਦੇ ਇੰਟਰਵਿਊ ਚਲੋ ਲੈ ਲਓ 2 ਮਿੰਟ ਫਿਰ ਨਾਲੇ ਸ਼ਕਲ ਬਹੁਤ ਭੈੜੀ ਹੈ ਇਹਦੀ ਮੈਂ ਕਿੱਦਾਂ ਚੱਲ ਜਾ ਭਾਜੀ ਦੇ ਨਾਲ ਜਿਵੇਂ ਤੁਸੀਂ ਆਪਣੀ ਫਿਲਮ ਦੇ ਯਾਰ ਤੂੰ ਚੁੱਪ ਕਰ ਜਾ ਹੁਣ ਮੈਂ ਮਸਾਂ ਬਣਾਇਆ ਸ਼ਕਲ ਭੈੜੀ ਹੈ ਹੁਣ ਤੂੰ ਜੇ ਤੂੰ ਮਾਰੀ ਗਿਆ ਨਾ ਤੈਨੂੰ ਪ੍ਰਿਯੰਕਾ ਚੋਪੜਾ ਲੈਣ ਆਵੇ ਹੁਣ ਠੀਕ ਹੈ ਜੀ ਫੇਰ ਠੀਕ ਹੈ ਯਮਦੂਤ ਇਦਾਂ ਦੇ ਹੀ ਹੁੰਦੇ ਨੇ ਇਹ ਕੁਆਲੀਫਿਕੇਸ਼ਨ ਐਡਾ ਭੈੜਾ ਨਾ ਹੁੰਦਾ ਤੇ ਇਹਨੇ ਲੱਗਣਾ ਹੀ ਨਹੀਂ ਸੀ ਯਮਦੂਤ ਨਹੀਂ ਠੀਕ ਹੈ ਜੀ ਲੱਗਦਾ ਇਹ ਤਾਰੀਫ ਸੀ ਕਿ ਬੇਇੱਜ਼ਤੀ ਇਹ ਕੁਆਲੀਫਿਕੇਸ਼ਨ ਉੱਪਰ ਜਾ ਕੇ ਆਪਾਂ ਗੱਲਬਾਤ ਕਰਾਂਗੇ ਹੁਣ ਮੈਂ ਗੱਲ ਕਰ ਲਾਂ ਪ੍ਰਲੋਕ ਕਿਹਾ ਬਹੁਤ ਵਾਰੀ ਹੈ ਪਰ ਵੇਖਿਆ ਲੋਕ ਹੀ ਹੈ ਪ੍ਰਲੋਕ ਕਦੇ ਦੇਖਿਆ ਨੀ ਔਰ ਪ੍ਰਲੋਕ ਫਿਰ ਉਦਾਂ ਦਾ ਹੋ ਸਕਦਾ ਜਿੱਦਾਂ ਦਾ ਰਾਈਟਰ ਡਾਇਰੈਕਟਰ ਇਮੇਜਿਨ ਕਰੇ ਸੋ ਮੈਨੂੰ ਸਕ੍ਰਿਪਟ ਦੇ ਵਿੱਚ ਹੀ ਜਿਹੜਾ ਪ੍ਰਲੋਕ ਨਜ਼ਰ ਆਇਆ ਨਾ ਮੈਨੂੰ ਬੜਾ ਇੰਜੋਏ ਕੀਤਾ ਮੈਂ ਉਸ ਪ੍ਰਲੋਕ ਨੂੰ ਹੁਣ ਅਸਲ ਚ ਪ੍ਰਲੋਕ ਕਿੱਦਾਂ ਦਾ ਹੁੰਦਾ ਯਮਦੂਤ ਜੀ ਜਾਣਦੇ ਹੋਣੇ ਕਿਉਂਕਿ ਇਹਨਾਂ ਦਾ ਉੱਥੇ ਸਾਡਾ ਆਪਣਾ ਕੰਮ ਉੱਥੇ ਬਹੁਤ ਆ ਜੀ ਬੰਦੇ ਚੱਕਦੇ ਆ ਜੀ ਇਹਨਾਂ ਨੇ ਉੱਥੇ ਨਾਲੇ ਆਪਣੀ ਫਾਊਂਡਰੀ ਵੀ ਲਾਈ ਹੈ ਬੰਦੇ ਚੱਕਣ ਤੋਂ ਬਾਅਦ ਵਿਹਲੇ ਹੁੰਦੇ ਖਰਾਦ ਦਾ ਕੰਮ ਵੀ ਕਰ ਲੈਂਦੇ ਫਾਊਂਡਰੀ ਵੀ ਲਾਈ ਹੈ ਤੇ ਭਾਜੀ ਤੁਹਾਡਾ ਇਹਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਹੈ ਭਾਜੀ ਕਿਰਦਾਰ ਉੱਥੇ ਸਾਰਿਆਂ ਦੇ ਇਹਦੇ ਸਾਰੇ ਫੁੜ ਗਏ ਹੋਏ ਨੇ ਪਤਾ ਨਹੀਂ ਕੋਈ 500 ਸਾਲ ਪਹਿਲਾਂ ਦਾ ਗਿਆ ਹੋਇਆ ਕੋਈ 700 ਸਾਲ ਪਹਿਲਾਂ ਦਾ ਕੋਈ 200 ਸਾਲ ਤੇ ਕੋਈ 250 ਸਾਲ ਹੋਏ ਨੇ ਸੋ ਬੰਦੇ ਸਾਰੇ ਹੀ ਉੱਥੇ ਹਰ ਨਸਲ ਦੇ ਹਰ ਤਰ੍ਹਾਂ ਦੇ ਬੰਦੇ ਹੈਗੇ ਨੇ ਤੇ ਮੇਰਾ ਜਿਹੜਾ ਕਰੈਕਟਰ ਉਹ ਵੀ ਪੰਜਾਬੀ ਕਰੈਕਟਰ ਹੈ ਬਟ ਬੜੇ ਸਾਲਾਂ ਤੋਂ ਉੱਥੇ ਹੀ ਹੁਣ ਰਹਿ ਰਿਹਾ ਮਤਲਬ ਮੇ ਬੀ ਪਿਛਲੇ 250 ਸਾਲ ਤੋਂ ਵੀ ਹੋ ਸਕਦਾ 150 ਸਾਲ ਤੋਂ ਵੀ ਉੱਥੇ ਹੀ ਰਹਿ ਰਿਹਾ ਭਾਜੀ ਜਿਵੇਂ ਨਾ ਇੱਕ ਯਮਦੂਤ ਦੀ ਜਦੋਂ ਆਪਾਂ ਵਿਜ਼ਨ ਕਰਦੇ ਹਾਂ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਵਿਜ਼ਨ ਕਰਦੇ ਯਮਦੂਤ ਕਿੱਦਾਂ ਦੇ ਹੁੰਦੇ ਨੇ ਉਹ ਕਿਸੇ ਕਹਾਣੀਆਂ ਸੁਣਦੇ ਰਹੇ ਹਾਂ ਜਿਹੜੇ ਤੁਹਾਡੀ ਫਿਲਮ ਦੇ ਵਿੱਚ ਯਮਦੂਤ ਆ ਬੜਾ ਮਾਡਰਨ ਕੋਟ ਪੈਂਟ ਪਾ ਕੇ ਟਾਈ ਲਾ ਕੇ ਇਹ ਕਿਸ ਤਰ੍ਹਾਂ ਭਾਜੀ ਦੇਖੋ ਅਸੀਂ ਜਿਹੜਾ ਇਮੇਜਿਨ ਕਰਦੇ ਰਹੇ ਹਾਂ ਵੀ ਉਹਨੇ ਇੱਦਾਂ ਦੇ ਕੱਪੜੇ ਪਾਏ ਹੋਣਗੇ ਸਿੰਗ ਲੱਗੇ ਹੋਣਗੇ ਇਹ ਵੀ ਤਾਂ ਕਿਸੇ ਦੀ ਇਮੈਜੀਨੇਸ਼ਨ ਸੀ ਕਿਉਂਕਿ ਉਦੋਂ ਇੱਦਾਂ ਦੇ ਕੱਪੜੇ ਚੱਲਦੇ ਸੀ ਹੁਣ ਦੁਨੀਆ ਮਾਡਰਨ ਹੋ ਗਈ ਹੈ ਤੁਸੀਂ ਭਾਜੀ ਪਹਿਲਾਂ ਸਾਈਕਲ 'ਤੇ ਵੀ ਜਾਂਦੇ ਹੁੰਦੇ ਸੀ ਸਕੂਲ ਬਿਲਕੁਲ ਬਿਲਕੁਲ ਹੁਣ ਤੁਸੀਂ ਗੱਡੀ ਰੱਖੀ ਹੁਣ ਮੈਂ ਵੀ ਜਦੋਂ ਬੱਸਾਂ ਦੇ ਮਗਰ ਲਮਕ ਦੂਰਦਰਸ਼ਨ ਜਾਣ ਵਾਲਾ ਬੰਦਾ ਹੁਣ ਆਪਣੀ ਗੱਡੀ ਦਾ ਇੰਟਰਵਿਊ ਦੇਣ ਆਇਆ ਜਦ ਅਸੀਂ ਸਾਰੇ ਤਰੱਕੀ ਕਰ ਸਕਦੇ ਹਾਂ ਇਹ ਲੋਕ ਵਿਚਾਰੇ ਤਰੱਕੀ ਕਿਉਂ ਨਹੀਂ ਕਰ ਤੁਹਾਡੀ ਤਰੱਕੀ ਤੋਂ ਕਿਉਂ ਲੋਕ ਛੱਡਦੇ ਵੈਸੇ ਬਸ ਛੱਡਦੇ ਰਹਿੰਦੇ ਜੀ ਸਾਡੇ ਕੋਲੇ ਮੈਂ ਤਰੱਕੀ ਦੀ ਗੱਲ ਦੱਸਦੇ ਮੇਰੇ ਕੋਲੇ ਪਹਿਲਾਂ ਗਧਾ ਸੀ ਫਿਰ ਮੈਂ ਝੋਟਾ ਰੱਖਿਆ ਉਹ ਵੀ ਕਿਸ਼ਤਾਂ ਤੇ ਕਰਾਇਆ ਨੇ ਨਾਲੇ ਹੁਣ ਦੇਖੋ ਇਹ ਕਲਰਫੁੱਲ ਦੇ ਵਿੱਚ ਆਏ ਨੇ ਪਹਿਲਾਂ ਬਲੈਕ ਕੱਪੜੇ ਪਾ ਕੇ ਆਉਂਦੇ ਸੀ ਜੀ ਹਾਂਜੀ 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 ਬਲੈਕ ਦੀ ਗੱਲ ਮੈਂ ਤੁਹਾਨੂੰ ਦੱਸਦਾ ਜੀ ਦੇਖੋ ਇਹਨੇ ਹੁਣੇ ਗੋਡੀ ਦਾ ਲਿਆ ਨਾ ਜਿੱਦਾਂ ਆਪਣੇ ਦੇ ਗੋਡੀ ਦੀ ਗੱਡੀ ਹੁੰਦੀ ਇਹਨੇ ਗੋਡੀ ਦਾ ਝੋਟਾ ਲਿਆ ਦੇਖੋ ਜੀ ਜਿੱਦਾਂ ਕੁੜਤਾ ਬਲੈਕ ਉੱਤੋਂ ਮੈਂ ਬਲੈਕ ਉੱਤੋਂ ਮੇਰਾ ਝੋਟਾ ਬਲੈਕ ਸਾਰੇ ਬੱਚੇ ਮੈਨੂੰ ਬਲੈਕ ਹੀ ਦੀਦਾ ਸੀ ਉੱਤੋਂ ਬਲੈਕ ਮਣੀ ਬਲੈਕ ਮਣੀ ਜਦੋਂ ਨੋਟਬੰਦੀ ਹੋਈ ਲੋਕਾਂ ਨੇ ਬੜੀ ਸ਼ਿਫਟ ਕੀਤੀ ਤੁਹਾਡੇ ਹਾਲ ਨੂੰ ਪਤਾ ਪਰ ਤਾਂ ਕੋਈ ਮਣੀ ਨਹੀਂ ਆਈ ਜੀ ਨਹੀਂ ਨਹੀਂ ਇਹ ਰਾਜ ਹੈ ਰਾਜ ਰਹੀ ਇਦਾਂ ਦੇ ਬੰਦੇ ਫਿਰ ਰਾਜ ਖਾ ਜਾਂਦੇ ਨੇ ਅੱਛਾ ਬਨੀ ਜੀ ਦੀ ਗੱਲ ਕਰਦੇ ਆ ਬਨੀ ਜੀ ਕਾਫੀ ਭਾਰੇ ਹੋ ਗਏ ਨੇ ਕੋਈ ਅਗਲੀ ਫਿਲਮ ਦਾ ਪ੍ਰੋਜੈਕਟ ਇਦਾਂ ਦਾ ਆ ਰਿਹਾ ਪ੍ਰੋਜੈਕਟ ਹੀ ਹੈ ਅੱਛਾ ਇਸ ਫਿਲਮ ਦੇ ਵਿੱਚ ਜਦੋਂ ਤੁਸੀਂ ਸਕ੍ਰਿਪਟ ਸੁਣੀ ਵੈਸੇ ਵੀ ਜਦੋਂ ਕੰਮ ਪੈ ਜੇ ਬਨੀ ਦਾ ਫਿਰ ਭਾਰਾਂ ਤੇ ਪੈ ਜਾਂਦਾ ਭਾਰਾਂ ਤੇ ਪੈ ਜਾਂਦਾ ਹੁਣ ਭਾਰਾਂ ਤੇ ਪਿਆ ਹੋਇਆ ਫਿਲਮ ਦਾ ਜਦੋਂ ਖਾ ਬੰਦਾ ਖਾਂਦਾ ਨਾ ਤਾਂ ਜ਼ਿਆਦਾ ਵੈਸੇ ਹੀ ਭਾਰਾ ਹੁੰਦਾ ਐਦਾਂ ਗੱਲ ਹੈ ਸ਼ੂਟਿੰਗਾਂ ਦੇ ਪੱਕੀਆਂ ਦਾ ਅੱਛਾ ਤੁਹਾਡਾ ਇਸ ਫਿਲਮ ਦੇ ਵਿੱਚ ਕਿਹੋ ਜਿਹਾ ਕਿਰਦਾਰ ਹੈ ਅਸੀਂ ਗ੍ਰੇ ਸ਼ੇਡ ਕਿਰਦਾਰ ਆ ਮੇਰਾ ਅੱਛਾ ਮਤਲਬ ਬੀਬੀ ਨੂੰ ਬਾਈ ਦੇ ਨਾਲ ਆ ਅਸੀਂ ਅੱਛਾ
ਬੜੇ ਗੁੰਡੇ ਟਾਈਪ ਮਾਹੌਲ ਸਾਰਾ ਕੁਛ ਉਹਨਾਂ ਨੇ ਆਰਡਰ ਦੇਣਾ ਚੱਕ ਲਓ ਰੱਖ ਲਓ ਅੱਛਾ ਉਹਦੇ ਚ ਇਹਨਾਂ ਜ਼ਿਆਦਾ ਮਿਹਨਤ ਨਹੀਂ ਕਰਨੀ ਵੀ ਜੋ ਹੈਗੇ ਆ ਉਹੀ ਫਿਲਮ 'ਚ ਉਹੀ ਫਿਲਮ ਦੇ ਵਿੱਚ ਇੱਕ ਭਾਜੀ ਤੁਹਾਡਾ ਨਾ ਜਿਹੜਾ ਡਾਇਲੋਗ ਬੜਾ ਮਸ਼ਹੂਰ ਹੋਇਆ ਉਹ ਜੜਦੇ ਵਾਲਾ ਮੈਂ ਕਹਿੰਦਾ ਇੱਕ ਵਾਰ ਆਡੀਅੰਸ ਨੂੰ ਮੈਨੂੰ ਕਾਫੀ ਲੋਕਾਂ ਨੇ ਕਿਹਾ ਵੀ ਯਾਰ ਉਹ ਤਾਂ ਪੁੱਛਿਓ ਜ਼ਰੂਰ ਤੇਰਾ ਤਾਂ ਦੋਸਤ ਆ ਮੈਂ ਤੁਸੀਂ ਇਕੱਠੇ ਨੇ ਕੰਮ ਕੀਤਾ ਮੈਂ ਕਿਹਾ ਜ਼ਰੂਰ ਪੁੱਛ ਲਾਂਗੇ ਜੀ ਕਿਹੜੀ ਗੱਲ ਆ ਉਹ ਭਾਜੀ ਡਾਇਲੋਗ ਹੋ ਜਵੇ ਚਲੋ ਮੇਰੇ ਮਹਿੰਦੀ ਲੱਗ ਰਹੀ ਹੈ ਠੀਕ ਹੈ ਮਹਿੰਦੀ ਲਵਾ ਰਿਹਾ ਕਲ ਪਿਆ ਪਿਆ ਬਈ ਹੁਣ ਮਹਿੰਦੀ ਲੱਗੇ ਜਰਦਾ ਕਿਵੇਂ ਲਾਵਾਂ ਕਹਿੰਦਾ ਆਵਾਜ਼ ਮਾਰਦਾ ਬੇਬੇ ਉਹ ਬੇਬੇ ਕਹਿੰਦੀ ਹਾਂ ਪੁੱਤ ਮੈਂ ਕਿਹਾ ਇੱਧਰ ਆ ਮੇਰੇ ਤਾਂ ਮਹਿੰਦੀ ਲੱਗੀ ਹੋਈ ਆ ਪੂਰਾ ਜਰਦਾ ਹੀ ਰਗੜਦੇ ਅੱਛਾ ਗੁਰਪ੍ਰੀਤ ਜੀ ਹਾਂਜੀ ਛੇਤੀ ਕਰ ਯਾਰ ਮੇਰੇ ਕੋਲ ਟਾਈਮ ਨਹੀਂ ਮੈਂ ਉਹਨੂੰ ਵੀ ਚੱਕਣਾ ਜਿਹੜਾ ਉਹ ਕੀ ਗਾਉਂਦਾ ਹੁੰਦਾ 2 ਮਿੰਟ ਦੇ ਦਿਓ ਕੀ ਗਾਉਂਦਾ ਹੁੰਦਾ ਉਹ ਕਹਿੰਦਾ ਉਹੀ ਸੁਰਮਾਂ ਪਰ ਤੱਕ ਵਾਲੀ ਦੀ ਅੱਖ ਬਦਲੀ ਯਾਰ ਛੇਤੀ ਕਰ ਉਹਨਾਂ ਨੂੰ ਵੀ ਚੱਕਣਾ ਮੈਂ ਕਰ ਲਈਏ ਭਾਈ ਤੁਸੀਂ ਫੁਟੇਜ ਜ਼ਿਆਦਾ ਲੈ ਰਹੇ ਹੋ ਫਿਲਮ ਦੇ ਵਿੱਚ ਕਿਰਦਾਰ ਕੈਰੈਕਟਰ ਦੇ ਵਿੱਚ ਘੁਸਣਾ ਹੁੰਦਾ ਕਹਿ ਲੈਂਦੇ ਆ ਤਾਂ ਉਹਦੇ ਕਿੰਨੀ ਕੁ ਤੁਸੀਂ ਮਿਹਨਤ ਕਰਦੇ ਹੋ ਭਾਜੀ ਐਕਟਰ ਲਈ ਜ਼ਰੂਰੀ ਇਹ ਹੁੰਦਾ ਕਿ ਚਲੋ ਕਿਤਾਬਾਂ ਕਿਤੂਬਾਂ ਪੜ੍ਹਨੀਆਂ ਸ਼ੌਂਕ ਦੀ ਗੱਲ ਨਹੀਂ ਕਰੈਕਟਰ ਪੜ੍ਹਨੇ ਆਉਂਦੇ ਹੁਣ ਉਹਨੇ ਆਲੇ ਦੁਆਲੇ ਸਮਾਜ ਵਿੱਚ ਵਿਚਰਦੇ ਹੋਏ ਕਰੈਕਟਰ ਪੜ੍ਹੇ ਹੋਣ ਉਹ ਕਰੈਕਟਰ ਤੁਹਾਡੇ ਕਿਤੇ ਨਾ ਕਿਤੇ ਕੰਮ ਆਉਂਦੇ ਆ ਜਿੱਦਾਂ ਹੀ ਲੋੜ ਪੈਂਦੀ ਤੁਸੀਂ ਨਾਲ ਹੀ ਨਾ ਫਾਈਲਾਂ ਖੁੱਲ ਜਾਂਦੀਆਂ ਕੰਪਿਊਟਰ ਦੀਆਂ ਵੀ ਜੇ ਆਹ ਕਰੈਕਟਰ ਕਰਨਾ ਤਾਂ ਫਲਾਣਾ ਬੰਦਾ ਬਹੁਤ ਸਹੀ ਸੀ ਇਹਦੇ ਵਾਸਤੇ ਜਿਹੜਾ ਫਲਾਣੇ ਪਿੰਡ ਮੈਨੂੰ ਫਲਾਣੀ ਥਾਂ 'ਤੇ ਮਿਲਿਆ ਸੀ ਉਹ ਕਰੈਕਟਰ ਤੁਹਾਡੇ ਕਿਤੇ ਨਾ ਕਿਤੇ ਮਾਇੰਡ 'ਚ ਬੈਠ ਜਾਂਦੇ ਆ ਅਤੇ ਉਹ ਕਰੈਕਟਰ ਫਿਰ ਲੋੜ ਪੈਣ 'ਤੇ ਉਹ ਫਾਈਲ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਇਸ ਫਿਲਮ ਦੇ ਵਿੱਚ ਵੀ ਜਿਹੜੀ ਮੈਂ ਲੈਂਗੁਏਜ ਯੂਜ਼ ਕੀਤੀ ਹੈ ਜਿਹੜਾ ਡਾਇਲੈਕਟ ਜਿਹੜਾ ਮੈਂ ਐਕਸੈਂਟ ਫੜਿਆ ਐਕਸੈਂਟ ਨਾਟ ਡਾਇਲੈਕਟ ਇਨਫੈਕਟ ਐਕਸੈਂਟ ਜਿਹੜਾ ਮੈਂ ਫੜਿਆ ਨਾ ਉਹ ਅੱਜ ਤੱਕ ਨਾ ਤਾਂ ਪੰਜਾਬੀ ਸਿਨੇਮੇ 'ਚ ਕਿਸੇ ਨੇ ਬੋਲਿਆ ਹੋਣਾ ਅਤੇ ਨਾ ਹੀ ਸ਼ਾਇਦ ਕਿਸੇ ਨੇ ਸੋਚਿਆ ਹੋਣਾ ਬੋਲਣ ਦਾ ਉਹ ਕੁਛ ਸ਼ਹਿਰਾਂ ਦੇ ਵਿੱਚ ਇੱਕ ਥਾਂ 'ਤੇ ਕੁਛ ਖਿੱਤੇ ਦੇ ਵਿੱਚ ਬੋਲਿਆ ਜਾਂਦਾ ਕੁਛ ਏਰੀਏ ਦੇ ਵਿੱਚ ਬੋਲਿਆ ਜਾਂਦਾ ਪਰ ਉਹ ਬੜਾ ਇੰਟਰਸਟਿੰਗ ਐਕਸੈਂਟ ਹੈ ਓਕੇ ਉਹ ਚੱਲ ਬਾਬਾ ਚੱਲ ਆਣ ਦੇ ਨੇਰੀ ਹੋਏ ਚੱਲ ਮਾਮਾ ਆਹ ਨਿਕਲੇ ਉਹ ਤਿੱਤਰ ਹੋਇਆ ਤਿੱਤਰ ਉਸਤਾਦ ਅਨਮੋਲ ਸਾਹਿਬ ਦਾ ਤਾਲਮੇਲ ਕਿਦਾਂ ਦਾ ਰਿਹਾ ਫਿਲਮ ਦੇ ਵਿੱਚ ਦੇਖੋ ਜੀ ਉਹ ਤਾਲ ਹੈ ਤੇ ਮੈਂ ਮੇਲ ਹਾਂ ਅੱਛਾ ਤਾਲਮੇਲ ਨਾਲ ਹੀ ਗੱਡੀ ਚੱਲਦੀ ਕਿਉਂਕਿ ਹੀ ਇਜ਼ ਸੱਚ ਅ ਸਵੀਟ ਪਰਸਨ ਜੀ ਐਕਟਰ ਵੀ ਬਹੁਤ ਅੱਛੇ ਹੈ ਔਰ ਅਸੀਂ ਜਦੋਂ ਇਕੱਠੇ ਰਲ ਕੇ ਕੰਮ ਕਰੀਦਾ ਇਹ ਨਹੀਂ ਮੈਂ ਤੇ ਅਨਮੋਲ ਮਤਲਬ ਈਵਨ ਗਿੱਪੀ ਹੋਣੀ ਸਾਡੇ ਜਸਵਿੰਦਰ ਭੱਲਾ ਭਾਜੀ ਬੀਨੂ ਹੋਣੀ ਅਸੀਂ ਇੱਕ ਦੂਸਰੇ ਨੂੰ ਕੰਪਲੀਮੈਂਟ ਕਰੀਦਾ ਜਿੱਥੇ ਮੈਨੂੰ ਲੋੜ ਹੋ ਆਪ ਮੈਨੂੰ ਦੱਸ ਦਿੰਦੇ ਵੀ ਇਹਨੂੰ ਇੱਦਾਂ ਕਰ ਲਓ ਜਾਂ ਇਹਨੂੰ ਭਾਜੀ ਇੱਥੇ ਡਾਇਲੋਗ ਐਂ ਬੋਲਦੇ ਹੋ ਜਾਂ ਆਪਾਂ ਐਡ ਕਰ ਸਕਦੇ ਹਾਂ ਜਿੱਥੇ ਮੈਨੂੰ ਠੀਕ ਲੱਗਦਾ ਮੈਂ ਦੱਸ ਦਿੰਦਾ ਕਿ ਭੱਲਾ ਸਾਹਿਬ ਇਹਨੂੰ ਇੱਦਾਂ ਕਹੋਗੇ ਜ਼ਿਆਦਾ ਇੰਟਰਸਟਿੰਗ ਆ ਰਿਹਾ ਜਾਂ ਬੀਨੂ ਨੂੰ ਐਂ ਕਰ ਲਈਏ ਗਿੱਪੀ ਨੂੰ ਐਂ ਕਰ ਲਈ ਸੋ ਉਹ ਤਾਲਮੇਲ ਤੋਂ ਬਿਨਾਂ ਕਾਮੇਡੀ ਕਦੇ ਚੱਲ ਹੀ ਨਹੀਂ ਸਕਦੀ ਜੇ ਤੁਹਾਡੇ ਆਪਸ 'ਚ ਕਿਉਂਕਿ ਵਟ ਇਜ਼ ਕਾਮੇਡੀ ਦ ਗੇਮ ਆਫ ਟਾਈਮਿੰਗ ਬਿਲਕੁਲ ਟਾਈਮਿੰਗ ਉਹ ਟਾਈਮਿੰਗ ਤਾਂ ਹੈ ਜੇ ਸਾਡਾ ਇੱਕ ਦੂਸਰੇ ਨਾਲ ਕੋਆਰਡੀਨੇਸ਼ਨ ਉਹ ਪੰਜ ਕਿੱਦਾਂ ਮਾਰਦੇ ਇੱਕ ਦੂਜੇ ਨੂੰ ਲੈਟ ਡਾਊਨ ਕਰਨ ਦੀ ਕੋਸ਼ਿਸ਼ ਲੱਗੇ ਹੋਵਾਂਗੇ ਕਾਮੇਡੀ ਕਦੇ ਆ ਹੀ ਨਹੀਂ ਸਕਦੀ ਕੀ ਬਾਤ ਹੈ ਸਹੀ ਗੱਲ ਹੈ ਭਾਜੀ ਜਦੋਂ ਚਲੋ ਜੰਦੂਤ ਨੂੰ ਬਿਲਕੁਲ ਜੀ ਬਿਲਕੁਲ ਗੁਰਪ੍ਰੀਤ ਜੀ ਮੈਂ ਗੱਲ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਪੁੱਛੋ ਜਿੱਦਾਂ ਮੇਰੀ ਡਿਊਟੀ ਲੱਗੀ ਸੀ ਤੁਹਾਨੂੰ ਚੱਕ ਕੇ ਲਿਆਉਣ ਦੀ ਤਾਂ ਉਦੋਂ ਮੈਂ ਵਿਹਲਾ ਨਹੀਂ ਸੀ ਮੇਰੇ ਝੋਟੇ ਦੀ ਨਾ ਜੜ ਦੁਖਦੀ ਸੀ ਲੈ ਕੇ ਕੌਣ ਗਿਆ ਤੁਹਾਨੂੰ ਮੈਨੂੰ ਇੰਨਾ ਦੱਸੋ ਵੀ ਯਾਰ ਮੇਰੀ ਵਿਰੋਧੀ ਪਾਰਟੀ ਦਾ ਬੰਦਾ ਕੌਣ ਆ ਗਿਆ ਉਹਦੇ ਕਰਕੇ ਤੇ ਮੈਂ ਬਚ ਗਿਆ ਸਾਂ ਭਾਜੀ ਤੁਹਾਡੇ ਝੋਟੇ ਦੀ ਦਾੜ ਮੈਂ ਹੀ ਦੁਖਾਈ ਸੀ ਅੱਛਾ ਉਹਦੀ ਦਾੜ ਤੇ ਮੈਂ ਹੀ ਥੌੜੀ ਮਾਰ ਕੇ ਆਇਆ ਸੀ ਨਹੀਂ ਤਾਂ ਮੈਂ ਕਿਹਾ ਨੇ ਲੈ ਜਾਣਾ ਚੁੱਕ ਕੇ ਮੈਨੂੰ ਪਰ ਖੁਸ਼ੀ ਦੀ ਗੱਲ ਹੈ ਕਿ ਮੈਂ ਆਪੇ ਪੈਦਲ ਗਿਆ ਸੀ ਚੱਲ ਕੇ ਇਹ ਮੈਨੂੰ ਪਤਾ ਲੱਗਾ ਘੜੀਸ ਕੇ ਲੈ ਕੇ ਜਾਂਦੇ ਹੋ ਤੁਸੀਂ ਨਾਲ ਮੈਂ ਉਹਨੂੰ 20 ਵਾਰੀ ਕਿਹਾ ਉੱਪਰੇ ਬੰਦੇ ਤੋਂ ਘਾਹ ਨਾ ਖਾਇਆ ਕਰ ਥਾਲੀ ਨਾ ਥੋੜੀ ਹੁਣ ਬਸ ਮੈਂ ਜਦੋਂ ਉਹਨੇ ਘਾਹ ਖਾਣ ਲਈ ਮੂੰਹ ਖੋਲਿਆ ਮੈਂ ਦੰਦ ਭੰਨਤਾ ਉਹਦਾ ਤੇ ਤਾਂ ਤੁਹਾਡਾ ਆਉਣ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਮੈਂ ਪੈਦਲ ਚੱਲ ਕੇ ਆਪ ਹੀ ਗਿਆ ਸਾਂ ਮੈਂ ਉਹ ਘੜੀਸ ਕੇ ਲੈ ਕੇ ਜਾਊਗਾ ਕੀ ਫਾਇਦਾ ਕੁੱਗੀ ਜੀ ਜਿਵੇਂ ਆਪਾਂ ਜਦੋਂ ਸੋਚਦੇ ਆ ਨਾ ਕਿ ਹਾਂ ਯਾਰ ਜਦੋਂ ਯਮਲੋਕ ਦੀ ਗੱਲ ਕਰਦੇ ਆ ਪਰਲੋਕ ਦੀ ਗੱਲ ਕਰਦੇ ਆ ਉੱਥੇ ਕਈ ਕਿੱਦਾਂ ਦੇ ਡਿਫਰੈਂਟ ਕਿਰਦਾਰ ਹੁੰਦੇ ਨੇ ਇੱਕ ਫਿਲਮ ਵੀ ਆਈ ਸੀ ਹਿੰਦੀ ਪੁਰਾਣੀ ਫਿਲਮ ਸੀ ਉਹਦੇ ਵਿੱਚ ਚਿੱਤਰਗੁਪਤ ਹੁੰਦਾ ਇੱਕ ਇਹ ਫਿਲਮ ਦੇ ਵਿੱਚ ਕਿਰਦਾਰ ਹੈਗਾ ਇੱਦਾਂ ਦਾ ਕੁਛ ਆ ਬਿਲਕੁਲ ਜੀ ਇਹਦੇ ਵਿੱਚ ਜਿੱਦਾਂ ਜਸਵਿੰਦਰ ਭੱਲਾ ਹੁਣਾਂ ਨੇ ਕਰਮਰਾਜ ਦਾ ਰੋਲ ਨਿਭਾਇਆ ਕਰਮਰਾਜ ਉਹਨਾਂ ਦੇ ਨਾਲ ਚਿੱਤਰਗੁਪਤ ਦਾ ਨਹੀਂ ਕਰਮਰਾਜ ਹੁੰਦਾ ਜਾਂ ਧਰਮਰਾਜ ਹੁੰਦਾ ਇਹਦੇ ਵਿੱਚ ਸਾਡੀ ਫਿਲਮ 'ਚ ਕਰਮਰਾਜ ਹੈ ਜੀ ਓਕੇ ਓਕੇ ਉਹਦੇ ਵਿੱਚ ਚਿੱਤਰਗੁਪਤੀਆਂ ਹੈਗੀਆਂ ਮੈਡਮ ਹੈਗੇ ਸੋਹਣੇ ਕਿਉਂਕਿ ਭੱਲਾ ਸਾਹਿਬ ਹੁਣ ਫਿਰ ਚਿੱਤਰਗੁਪਤ ਨਾਲ ਉਹ ਮੰਨਦੇ ਨਹੀਂ ਭੱਲਾ ਸਾਹਿਬ ਕਹਿੰਦੇ ਜੀ ਮੇਰੇ ਤੋਂ ਰੋਲ ਕਰਾਉਣਾ
ਫਿਰ ਚਿੱਤਰਗੁਪਤ ਬਦਲ ਕੇ ਚਿੱਤਰ ਗੁਪਤੀਆਂ ਰੱਖੋ, ਗੁਪਤੀਆਂ ਰੱਖੋ, ਫਿਰ ਉਹਨਾਂ ਦੀ ਜਿਹਨੂੰ ਕਹਿੰਦੇ ਨਾ ਵੀ ਪੁਰਜ਼ੋਰ ਮੰਗ ਤੇ ਸਾਨੂੰ ਫਿਰ ਚਿੱਤਰ ਗੁਪਤੀਆਂ ਰੱਖਣੀਆਂ ਪਈਆਂ ਇਹਦੇ ਚ, ਜਦੋਂ ਤੁਸੀਂ ਕੁੜੀਆਂ ਵੀ ਉਹਨਾਂ ਆਪ ਪਸੰਦ ਕਰਕੇ ਰੱਖੀਆਂ ਵੀ ਮੇਰੀਆਂ ਅਸਿਸਟੈਂਟ ਤੋਂ ਵਿਆਹ ਹੋਣ, ਸੋਹਣੇ ਸੋਹਣੇ ਕੁੜੀਆਂ ਹੋਣੀਆਂ ਚਾਹੀਦੀਆਂ। ਬਾਅਦ ਚ ਵੱਖਰੀ ਗੱਲ ਹੈ, ਜਦੋਂ ਸ਼ੂਟਿੰਗ ਖਤਮ ਹੋਈ ਉਹਨਾਂ ਨੂੰ ਪਤਾ ਲੱਗ ਗਿਆ ਕਿ ਭੱਲਾ ਸਾਹਿਬ ਨੇ ਸਾਨੂੰ ਫਿਲਮ 'ਚ ਰੋਲ ਦਵਾਇਆ, ਇਹਨਾਂ ਨੇ ਕਿਹਾ ਸੀ ਕਿ ਸੋਹਣੀਆਂ ਸੋਹਣੀਆਂ ਕੁੜੀਆਂ ਮੇਰੇ ਨਾਲ ਰੱਖੋ ਚਿੱਤਰ ਗੁਪਤੀਆਂ, ਉਹ ਵੀ ਕੁੜੀਆਂ ਬੜੀਆਂ ਕਟਸੀ ਵਾਲੀਆਂ ਸੀ, ਜਾਣ ਲੱਗੀਆਂ ਕਹਿ ਗਈਆਂ ਵੀਰ ਜੀ ਬਹੁਤ ਬਹੁਤ ਧੰਨਵਾਦ ਸੋ ਮਚ ਬਿਗ ਬ੍ਰਦਰ, ਤੁਸੀਂ ਨਹੀਂ ਕਹਿੰਦੇ ਸਾਨੂੰ ਫਿਲਮ 'ਚ ਰੋਲ ਨਹੀਂ ਸੀ ਮਿਲਣਾ। ਮੈਂ ਪੁੱਛਣਾ ਚਾਹੁੰਦਾ ਸੀ, ਹਾਂਜੀ, ਜਿਹੜਾ ਚਿੱਤਰਗੁਪਤ ਹੈ ਇਹਦਾ ਨਾਮ ਚਿੱਤਰਗੁਪਤ ਕਿਉਂ ਪਿਆ? ਅਸੀਂ ਪੀੜ੍ਹੀ ਦਰ ਪੀੜ੍ਹੀ ਚਿੱਤਰਗੁਪਤ 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 ਚੇਂਜ ਕਰਦੇ ਆ ਰਹੇ ਹਾਂ, ਇਹਦਾ ਨਾਂ ਕਿਉਂ ਪਿਆ? ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਕਿਉਂਕਿ ਉੱਥੇ ਪਹਿਲਾਂ ਜਦੋਂ ਹਿਸਾਬ ਹੁੰਦਾ ਸੀ ਨਾ ਹਰ ਬੰਦੇ ਦਾ ਚਿੱਤਰ ਕੱਢ ਕੇ ਹਿਸਾਬ ਪੁੱਛਿਆ ਜਾਂਦਾ ਸੀ ਵੀ ਆਹ ਬੰਦੇ ਦਾ ਦੱਸ ਵੀ ਕੀ ਕਰਨਾ। ਹੁਣ ਹੁਣ ਤਾਂ ਇਹਨਾਂ ਦੇ ਫੋਨ ਤੇ ਆ ਜਾਂਦੇ ਆ ਨਾ, ਜਿਹੜੇ ਜੋ ਉਹਦੇ ਬਾਰੇ ਗੁਪਤ ਗੱਲਾਂ ਹੁੰਦੀਆਂ ਸੀ ਸਿਰਫ ਚਿੱਤਰਗੁਪਤ ਨੂੰ ਪਤਾ ਹੁੰਦਾ ਸੀ। ਅੱਛਾ, ਮੈਂ ਕੁਝ ਹੋਰ ਸਮਝ ਰਿਹਾ ਸੀ। ਭਾਜੀ ਮੈਨੂੰ ਵੀ ਕਿਹੜੀ ਸਮਝ, ਮੈਂ ਕੋਲੇ ਬਣਾ ਕੇ ਕਹਿਤਾ, ਮੈਨੂੰ ਇਦਾਂ ਲੱਗ ਰਿਹਾ ਸੀ ਵੀ ਉਹ ਚਿੱਤਰੀ ਗੁਪਤ ਬਣਾਉਂਦਾ ਸੀ। ਲੋ ਭਾਜੀ ਆ ਗਏ ਨੇ, ਆਓ ਜੀ, ਆਓ ਜੀ, ਆਓ ਜੀ ਆਓ ਭਾਜੀ, ਤੁਹਾਡਾ ਤੇ ਬਨੀ ਭਾਈ ਦਾ ਡਾਇਲੋਗ ਹੋ ਜਾਵੇ ਇੱਕ। ਬਾਈ ਬਾਈ ਦੇ ਕਹਿੰਦੇ ਤਾਂ ਨਹੀਂ ਪਾਉਂਦੇ, ਅੰਦਰ ਤਾਂ ਨਹੀਂ ਚੱਲ ਜੀ। ਓਏ ਆਪਾਂ ਨੂੰ ਸਿਉਂ ਕੇ ਦੇਣਗੇ ਧੋਪੇ ਲਾ ਕੇ, ਬੇਵਕੂਫ। ਲਾਸ਼ ਦੀ ਗੱਲ ਹੋ ਰਹੀ ਹੈ, ਲਾਸ਼ ਦੀ ਗੱਲ, ਕੀ ਬਾਤ ਹੈ, ਲਾਸ਼ ਦੀ ਗੱਲ। ਅੱਛਾ, ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਮੈਡਮਾਂ ਵੀ ਹੈਗੀਆਂ ਕਿਰਦਾਰ, ਉਹ ਚੁੜੇਲਾ ਵੀ ਦੇਖੀਆਂ, ਉਹ ਉਹਨਾਂ ਦਾ ਕਿੱਦਾਂ ਇਹਦੇ ਵਿੱਚ ਰੋਲ ਹੈਗਾ? ਦੇਖੋ ਜੀ, ਪਰਲੋਕ ਦੀ ਬਿਊਟੀ ਚੜੇਲਾ ਨੇ, ਉੱਥੇ ਚੜੇਲਾ ਨਹੀਂ ਹੋਣਗੇ ਤੇ ਲੱਗੇਗਾ ਨਹੀਂ ਪਰਲੋਕ ਹੈ। ਭੂਤ ਚੜੇਲਾ, ਯਮਦੂਤ, ਛਲੇਡੇ, ਇਹ ਜਿਹੜੇ ਨੇ ਇਹ ਦੈਂਤ ਰਾਕਸ਼ਸ, ਇਹ ਪਰਲੋਕ ਦਾ ਸ਼ਿੰਗਾਰ ਨੇ। ਸੋ ਕੱਲੇ ਦੈਂਤ ਰਾਕਸ਼ਸ ਛਲੇਡੇ ਤੁਰੇ ਫਿਰ ਚੜੇਲਾ ਹੋਣ ਨਾਲ ਇਹਨਾਂ ਦਾ ਦਿਲ ਕਿਵੇਂ ਲੱਗੇਗਾ, ਪੁੱਛੋ ਇਹਨੂੰ। ਹਾਂ ਦੇਖੋ, ਇੰਨੀਆਂ ਖੂਬਸੂਰਤ ਸ਼ਕਲਾਂ ਉੱਥੇ ਫਿਰਦੀਆਂ, ਕਿਉਂ ਨਾ ਦਿਲ ਲੱਗੂਗਾ। ਇੱਕ ਵੀ ਸਾਹਿਬ ਮੈਸੇਜ ਦਾ ਹੋਣਾ, ਬੈਠਾ ਬੈਠਾ ਇਹਨੂੰ ਹੁਣੇ ਮੈਂ ਦੇਖਿਆ ਚੜੇਲ ਦਾ ਮੈਸੇਜ ਆਇਆ। ਅੱਛਾ, ਕਿੱਥੇ ਫੋਨ ਭਾਈ ਤੁਹਾਡਾ? ਉਹ ਕਹਿਣ ਲੱਗੀ ਸੀ ਵੀ ਪੈਸੇ ਪੂਸੇ ਦੇ ਜਾ, ਕੋਈ ਖਾਣ ਪੂਣ ਰਾਜ ਕਰੀਦਾ ਜੀ ਉੱਥੇ। ਤੇ ਭਾਜੀ ਜਾਂਦੇ ਜਾਂਦੇ ਮੈਸੇਜ ਕੀ ਦਿੰਦੀ ਆ ਫਿਲਮ? ਮੈਸੇਜ ਤਾਂ ਦੇਖੋ ਜੀ, ਕਾਮੇਡੀ ਦਾ ਇੱਕੋ ਮੈਸੇਜ ਹੁੰਦਾ ਕਿ ਹੱਸੋ, ਇੰਜੋਏ ਕਰੋ, ਲਾਈਫ ਇਜ਼ ਵਾਂਸ, ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਇੱਕ ਵਾਰੀ ਮਿਲੀ ਹੈ, ਸਟ੍ਰੈਸਫੁਲ ਜ਼ਿੰਦਗੀ। ਸਟ੍ਰੈਸ ਤੁਹਾਨੂੰ ਜਿਹੜਾ ਇਹ ਤੁਹਾਨੂੰ ਲੋਕਾਂ ਵੱਲੋਂ ਮਿਲਦਾ, ਤੇ ਜਿਹੜਾ ਤੁਸੀਂ ਲਾਈਟ ਕਰਨਾ ਆਪਣੇ ਆਪ ਨੂੰ, ਇਹ ਤੁਸੀਂ ਆਪਣੀ ਸੋਚ ਨਾਲ ਆਪਣੇ ਆਪ ਨੂੰ ਕਰਨਾ। ਸੋ ਫਿਲਮ ਇਹੀ ਮੈਸੇਜ ਦਿੰਦੀ ਹੈ ਕਿ ਜ਼ਿੰਦਗੀ ਹੱਸਣ ਖੇਡਣ ਦਾ ਨਾਮ ਹੈ, ਗੁਰਬਾਣੀ ਦਾ ਮਹਾਂਵਾਕ ਹੈ, ਹੱਸਣਦਿਆਂ, ਖੇਲਣਦਿਆਂ, ਖਵਣਦਿਆਂ, ਪਹਿਨਣਦਿਆਂ ਵਿੱਚੇ ਹੋਵੇ ਮੁਕਤੀ। ਹੱਸਣਦਿਆਂ ਮਹਾਰਾਜ ਨੇ ਵੀ ਅੱਗੇ ਰੱਖਿਆ। ਸੋ ਹੱਸਣ ਦੀ ਇੰਪੋਰਟੈਂਸ ਸਮਝੋ, ਜੇ ਖੁਦ ਖੁਸ਼ ਰਹੋਗੇ ਦੂਜਿਆਂ ਨੂੰ ਵੀ ਖੁਸ਼ ਰੱਖੋਗੇ। ਜਿਹੜਾ ਦੂਜਿਆਂ ਨੂੰ ਖੁਸ਼ ਰੱਖ ਸਕਦਾ ਉਹ ਅਸਲੀ ਖਿਦਮਤ ਕਰ ਰਿਹਾ ਇਸ ਲੁਕਾਈ ਦੀ, ਇਸ ਸੰਸਾਰ ਦੀ, ਇਸ ਆਵਾਮ ਦੀ ਖਿਦਮਤ ਇਹੀ ਹੈ ਕਿ ਤੁਸੀਂ ਆਪ ਖੁਸ਼ ਰਹੋ, ਦੂਜਿਆਂ ਨੂੰ ਖੁਸ਼ ਰੱਖੋ। ਵਾਹ ਜੀ ਵਾਹ, ਮੇਰੇ ਕੋਲ ਸਮਾਂ ਥੋੜਾ ਹੀ ਰਹਿ ਗਿਆ ਜੀ, ਮੈਨੂੰ ਇਹਨਾਂ ਨੇ ਖਿੱਚ ਕੇ ਲੈਣਾ ਜੀ, ਜਾਂਦੇ ਜਾਂਦੇ ਦੱਸ ਦੋ ਵੀ ਕਦੋਂ ਰਿਲੀਜ਼ ਹੋ ਰਹੀ ਹੈ ਜੀ ਫਿਲਮ? ਭਾਈ ਦੱਸ ਰਹੇ ਨੇ ਕਿ ਮੈਂ ਸੇਵਾ ਕਰਾਂ? ਨਹੀਂ ਇਹ ਦੱਸ, ਇਹ ਮੈਂ ਕੀ ਆਖਿਆ, ਮੈਂ ਦੱਸ ਦੋ ਜੀ ਕਦੋਂ ਰਿਲੀਜ਼ ਹੋ ਰਹੀ ਹੈ, ਕਦੋਂ ਰਿਲੀਜ਼ ਹੋ ਰਹੀ ਹੈ, ਇਹਦਾ ਹਿਸਾਬ ਕਰ ਲੈਂਦੇ। ਹਾਂ ਜੀ, ਦਿਨ ਮਾਰੇ ਜੀ 31 ਅਗਸਤ, 31 ਅਗਸਤ ਲੋਕੋ, ਤੇ ਤੁਸੀਂ ਹੱਸਦੇ ਹੱਸਦੇ ਕਹੋਗੇ, ਸਾਰੇ ਹੀ ਹੱਸਦੇ ਸਾਰੇ ਹੱਸਦੇ, ਅਸੀਂ ਸਾਡੇ ਨਾਲ ਕਹਿਣਾ ਮਰ ਗਏ ਓਏ ਲੋਕੋ। ਉਹ ਇਹਨੂੰ ਬਚਾ ਲਓ, ਇਹਨੇ ਯਮਦੂਤ ਮਾਰ ਦੇਣਾ, ਜੇ ਪਤਾ ਲੱਗੇ ਯਮਦੂਤ ਨੂੰ ਯਮਦੂਤ ਲੈਣ ਆ ਗਿਆ ਅੱਗੋਂ। ਉਹ ਬਸ ਕਰੋ, ਚਲੋ ਜੀ, ਇਹ ਤਾਂ ਚਲੇ ਗਏ ਨੇ। ਇਸ ਵੇਲੇ ਮੈਂ ਜੋ ਦੇਖ ਰਿਹਾ, ਕੰਧ ਓਲੇ ਲਿਜਾ ਕੇ ਯਮਦੂਤ ਦੀ ਕੁਟਾਈ ਹੋ ਰਹੀ ਹੈ, ਔਰ ਯਮਦੂਤਾਂ ਨਾਲ ਕੀ ਹੁੰਦਾ, ਯਮਦੂਤ ਕੀ ਕਰਦੇ ਨੇ, ਪਰਲੋਕ ਦੀ ਇੱਕ ਇਮੈਜੀਨੇਸ਼ਨ ਹੈ, ਇਹਨੂੰ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਰ ਗਏ ਹੋਏ ਲੋਕੋ ਇਜ਼ ਦਾ ਬੈਸਟ ਵੇ ਟੂ ਸੀ ਦਾ ਹੋਲ ਸਨੈਰੀਓ ਆਫ ਪਰਲੋਕ। ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ 31 ਅਗਸਤ ਨੂੰ, ਫੁੱਲ ਆਫ ਹਿਊਮਰ, ਇੱਕ ਬੜੀ ਇੰਟਰਸਟਿੰਗ ਮੂਵੀ ਸਾਡੀ ਜਿਹੜੀ ਆ ਰਹੀ ਹੈ, ਮਰ ਗਏ ਲੋਕੋ, ਆਪ ਵੀ ਦੇਖੋ, ਪਰਿਵਾਰਾਂ ਦੇ ਨਾਲ ਬਹਿ ਕੇ ਦੇਖੋ, ਰਿਸ਼ਤੇਦਾਰਾਂ ਨਾਲ, ਦੋਸਤਾਂ ਨਾਲ ਬਹਿ ਕੇ ਦੇਖੋ, ਇੰਜੋਏ ਕਰੋ ਮਰ ਗਏ ਓਏ ਲੋਕੋ 31 ਅਗਸਤ।